ਚਲੋ ਟਾਈਮ ਟਾਈਮ ਦੀ ਗੱਲ ਹੈ ਜੀ, ਉਹ ਟਾਈਮ ਵਧੀਆ ਸੀਗਾ, ਟਾਈਮ ਹੁਣ ਵੀ ਵਧੀਆ ਆ। ਟਾਈਮ ਹੁਣ ਵੀ ਵਧੀਆ ਆ ਜੀ। ਹੋਰ ਸਾਜੀ ਠੀਕ ਠਾਕ ਬ੍ਰੋ? ਬੱਲੇ ਬੱਲੇ ਆ ਜੀ, ਬਸ ਉਹਨਾਂ ਲਾਈਵ ਹੋ ਜਾ ਕਰ। ਇੰਟਰਵਿਊ ਸੁਣੀ ਮੈਂ ਆਪਣੇ ਕੋਚ ਸਾਹਿਬ ਨਾਲ, ਮੱਖਣ ਦੀ ਵੀ ਉਹਨਾਂ ਨਾਲ, ਬੜੀ ਵਧੀਆ ਇੰਟਰਵਿਊ, ਬਹੁਤ ਵਧੀਆ ਗੱਲਾਂ ਆ। ਹਾਂਜੀ ਹਾਂਜੀ ਕੁਬਨਾ ਮੰਗਾ ਭਾਜੀ, ਨਾ ਤੁਹਾਡੇ ਲੋਕਾਂ ਕੋਲ ਬੜਾ ਕੁਛ ਸੀਗਾ, ਕਿਉਂਕਿ ਤੁਸੀਂ ਥੱਲਿਓਂ ਉੱਠੇ ਹੋਏ ਬੰਦੇ ਸੀ ਹਨਾ, ਤੁਹਾਡੇ ਉਸਤਾਦ ਸੀ, ਤੁਸੀਂ ਛਿੱਤਰ ਵੀ ਖਾਦੇ, ਮਾਰੇ ਵੀ 100 ਗੱਲਾਂ ਸੀ ਹਨਾ, ਨਿੱਕੀਆਂ ਨਿੱਕੀਆਂ। ਇੱਕ ਉਦੋਂ ਜਿਹੜੇ ਸੀਗੇ ਆਪਣੇ ਘਰ ਦੇ ਹਾਲਾਤ ਵੀ ਥੋੜੇ ਵੀਕ ਹੁੰਦੇ ਸੀ, ਘਰ ਦੇ ਲੱਤ ਬਾਹਟ ਉੱਠ ਗਈ, ਕਿੱਥੋਂ ਇਲਾਜ ਕਰਾਵਾਂਗੇ ਹਨਾ। ਉਹ ਪਹਿਲਾਂ ਉੱਥੋਂ ਜਾਫੀਆਂ ਤੋਂ ਕੁੱਟ ਖਾ ਕੇ ਆਉਣੀ, ਫਿਰ ਘਰੋਂ ਆ ਕੇ ਕੁੱਟ ਖਾਣੀ। ਮੈਂ ਦੱਸਦਾ, ਗੋਲ ਸਾਹਿਬ ਕੋਲ ਰਹਿੰਦੇ ਹੁੰਦੇ ਸੀ ਅਸੀਂ, ਕੁੱਬੇ ਗੋਲ ਸਾਹਿਬ ਦੇਵ ਦੀਆਂ ਲਾਉਣਾ ਕੋਲ ਦਾ। ਕਈ ਵੇਲੇ ਇੱਕ ਨਲਕਾ ਖਰਾਬ ਹੋਇਆ ਸੀ, ਨਹਿਰ ਦੇ ਪਾਣੀ ਚ ਨਾ ਲੈਣਾ ਸਾਜੀ, ਮੇਰਾ ਕਿੰਨੀ ਠੰਡ ਹੁੰਦੀ ਵੀ ਸ਼ਾਮ ਨੂੰ ਨਹਿਰ ਦੇ ਪਾਣੀ ਚ ਨਾ ਲੈਣਾ ਇੱਥੇ ਹਨਾ। ਹੁਣ ਕੋਈ ਬੰਦਾ, ਹੁਣ ਪਲੇਅਰ ਕੋਈ ਨਹਿਰ ਦੇ ਪਾਣੀ ਚ ਨਹਾ ਸਕਦਾ? ਕਦੀ ਵੀ ਨੀ। ਉੱਥੇ ਰਹਿਣਾ, ਸਟੇਡੀਅਮ ਚ ਸੌਣਾ, ਦਰੀਆਂ ਸਿੱਟੀਆਂ ਹੋਣੀਆਂ ਥੱਲੇ, ਉੱਥੇ ਤਲਾਈਆਂ ਸੱਟ ਕੇ ਰਜਾਈਆਂ ਲੈ ਕੇ ਉੱਥੇ ਹੀ ਸੌ ਜਾਣਾ, ਉੱਥੇ ਹੀ ਉੱਠ ਖੜਨਾ। ਅੱਜ ਕੱਲ ਭਾਜੀ ਫਿਰ ਅੱਜ ਕੱਲ ਭਾਜੀ ਅੱਜ ਤਾਂ ਦੱਸ ਦਿਓ ਡੋਲੇ ਦਾ ਸਾਈਜ਼ ਕਿੰਨਾ ਸੀ? ਡੋਲਾ ਉੱਤੇ ਦੇਖ ਲਾ ਭਰਾਵਾ, ਡੋਲਾ ਮੈਂ ਕਿ ਤੈਨੂੰ ਕਿਹਾ ਤੇਰੀ ਇੰਟਰਵਿਊ ਦੇ ਵਿੱਚ ਦੱਸੂਗਾ। ਇੰਟਰਵਿਊ ਜਿੱਦਾਂ ਤੇਨਾਂ ਹੀ ਕਰਨੀ, ਇੰਟਰਵਿਊ ਹੋਰ ਕਿਸੇ ਨਾਲ ਨਹੀਂ ਕਰਨੀ। ਤੇ ਕਦੋਂ ਆ ਰਹੇ ਹੋ ਤੁਸੀਂ? ਮੈਂ ਫਰਵਰੀ ਚ ਆ ਜਾਣਾ, ਮੋਹਲੇ ਮਹੀਨੇ ਬਰੋ। ਆਪਣੀ ਕਿੰਨੀ ਤਰੀਕ ਤੱਕ? ਮੈਂ ਫਰਵਰੀ 12-13 ਤੱਕ ਆ ਜਾਣਾ। ਤੈਨੂੰ ਕਰਾਂਗੇ ਫੇਰ, ਵਧੀਆ ਬਲੌਗ ਬਣਾਵਾਂਗੇ ਆਪਾਂ। ਫਿਰ ਮੈਂ ਨਹਾਉਣਾ ਸ਼ੁਰੂ ਕਰਦਿਆ ਆਹੋ, ਨਹਾਉਣਾ ਸ਼ੁਰੂ ਕਰਦੇ ਬਰੋ। ਨਹੀਂ ਡਰਾਈ ਕਲੀਨ ਕਰਾ ਲਾ ਆਪਣੇ ਆਪ ਨੂੰ। ਨਹੀਂ ਏਦਾਂ ਕਰ ਸਹਿਜੀ, ਏਦਾਂ ਕਰ, ਬਾਈ ਨੂੰ ਕਹਿ ਵੀ ਇੰਗਲੈਂਡ ਤੋਂ ਪਾਣੀ ਲਿਆ ਉਹਦੇ ਨਾਲ ਹੀ। ਹਾਂ ਪਾਣੀ ਆਪਣਾ ਪੰਜਾਬ ਦਾ ਹੀ ਵਧੀਆ, ਪਾਣੀ ਪੰਜਾਬ ਦਾ ਹੀ ਵਧੀਆ ਯਾਰ। ਹਾਂ ਸਹੀ ਗੱਲ ਆ, ਪਾਣੀ ਦੇਖ ਲਓ, ਕਦੀ ਬੋਤਲ ਵਾਲਾ ਪਾਣੀ ਨੀ ਪੀਤਾ ਆ ਕੇ ਆਪਾਂ। ਅੱਛਾ, ਕਦੀ ਬੋਤਲ ਵਾਲਾ ਪਾਣੀ ਨੀ ਪੀਤਾ, ਆਪਣਾ ਪੰਜਾਬ ਦਾ ਹੀ ਪੀਣਾ। ਭਾਜੀ ਜਿਨ੍ਹਾਂ ਨੇ ਥੱਲਿਓਂ ਬੇਲ ਚੁੱਕ ਕੇ ਖਾਦੇ ਉਹਨਾਂ ਨੂੰ ਇਨਫੈਕਸ਼ਨ ਨੀ ਕੁਛ ਕਰਦੀ। ਮੈਂ ਤੈਨੂੰ ਦੱਸ ਚੁੱਕਾ ਵੀ ਨਹਿਰ ਦੇ ਪਾਣੀ ਚ ਜਿਹੜਾ ਬੰਦਾ ਨਹਿਰ ਦੇ ਪਾਣੀ ਚ ਨਹਾਤਾ, ਉਹਨੂੰ ਬੋਤਲ ਵਾਲਾ ਪਾਣੀ ਕਿੱਥੋਂ ਪਾਜੂ ਉਹਨੂੰ? ਨਹੀਂ ਪਾਜਦਾ ਪਤਾ ਕੀ ਆ, ਉਹ ਬੰਦਾ ਉਹੀ ਰਹਿਣਾ ਚਾਹੀਦਾ, ਬੰਦੇ ਨੂੰ ਬਦਲਣਾ ਨੀ ਚਾਹੀਦਾ ਸਾਜੀ। ਆਪਾਂ ਬਾਹਰ ਚੱਲ ਗਏ ਆ ਬੋਤਲ ਵਾਲਾ, ਪਰ ਚਲੋ ਬੋਤਲ ਵਾਲਾ ਵੀ ਪੀਣਾ ਚਾਹੀ, ਨਿਆਣੇ ਨੂੰ ਨਹੀਂ ਬਚਦਾ, ਪਰ ਆਪਾਂ ਨੂੰ ਸਵਾਦ ਹੀ ਆਉਂਦਾ ਜਦੋਂ ਪੰਜਾਬ ਆ ਜੀ ਦਾ ਹਨਾ, ਫਿਰ ਸਵਾਦ ਵੀ ਲਓ ਹਨਾ ਉਹ ਚੀਜ਼ਾਂ ਦਾ। ਬਿਲਕੁਲ, ਮੈਂ ਤਾਂ ਨਾ ਨਾ ਇੱਥੇ ਕਦੀ, ਮੈਂ ਤਾਂ ਗੀਜ਼ਰ ਲਾ ਕੇ ਵੀ ਨੀ ਨਹਾਤਾ, ਨਲਕੇ ਦਾ ਪਾਣੀ ਮੋਟਰ ਚ ਆ ਨੀ, ਨਿੱਘੇ ਪਾਣੀ ਨਾਲ ਨਹਾਉਣਾ। ਓਕੇ, ਕਦੀ ਵੀ ਗਰਮ ਪਾਣੀ ਚ ਨੀ ਨਹਾਤਾ। ਭਾਈ ਤੁਸੀਂ ਕਬੱਡੀ ਫਿਰ ਕਿੰਨੀ ਕੁ ਉਮਰ ਸ਼ੁਰੂ ਕੀਤੀ ਖੇਡਣੀ ਤੁਸੀਂ? ਜ਼ਿੰਦਗੀ ਦੀ ਗੱਲਾਂ ਸੁਣਾਓ ਸਾਡੇ ਭਰਾਵਾਂ ਨੂੰ ਸਾਰਿਆਂ ਨੂੰ। ਮੈਂ 15 ਸਾਲ ਦਾ ਜਦੋਂ ਕਬੱਡੀ ਸ਼ੁਰੂ ਕੀਤੀ ਬ੍ਰੋ। ਅੱਛਾ ਓਕੇ, ਮਤਲਬ ਤੁਸੀਂ 7ਵੀਂ 8ਵੀਂ ਸ਼ੁਰੂ ਕੀਤੀ? 7ਵੀਂ ਚ ਮੈਂ ਕਬੱਡੀ ਸ਼ੁਰੂ ਕੀਤੀ। ਵੇਟ ਤੋਂ ਕੀਤੀ ਹੈ? ਵੇਟ ਤੋਂ ਨਹੀਂ, ਵੇਟ ਤੋਂ ਨਹੀਂ ਕੀਤੀ, ਮੇਰੇ ਆਪਣੇ ਤੁਸੀਂ ਜਾਣਦੇ ਹੋਣੇ ਆ ਦੇਬਾ ਭੰਡਾਲ। ਹਾਂਜੀ ਹਾਂਜੀ, ਦੇਬਾ ਭੰਡਾਲ ਮਾਸੀ ਦਾ ਲੜਕਾ ਆ, ਸੁੱਖਾ ਭੰਡਾਲ ਆਪਣਾ ਭਾਣਜਾ ਆ। ਅੱਛਾ ਓਕੇ, ਸੁੱਖਾ ਮਾਮੇ ਦੀ ਕੁੜੀ ਦਾ ਲੜਕਾ ਆ। ਓਕੇ ਓਕੇ, ਉਹ ਤਾਂ ਮੇਰੇ ਵਧੀਆ ਦੋਸਤ ਆ ਜੀ। ਜਦੋਂ ਮੈਂ ਸ਼ੁਰੂ ਚ ਹੁੰਦਾ ਸੀ ਨਾ, ਮੈਂ ਦੇਬਾ ਭਾਜੀ ਕੋਲੇ, ਮੇਰੀ ਇਹ ਪੈਸੇ ਦਵਾਉਂਦੇ ਸੀ ਮੈਨੂੰ ਫੈਡਰੇਸ਼ਨ ਚ ਟੀਮਾਂ ਕੋਲੋਂ, ਤੇ ਇੱਕ ਥਾਂ ਤੇ ਸੀਗਾ ਤੇ ਇਹਨਾਂ ਨੇ ਮੈਨੂੰ ਲੈ ਕੇ ਬਾਹੋਂ ਫੜ ਕੇ ਮੈਨੂੰ ਕਹਿੰਦੇ ਆ ਪ੍ਰੀਤਾ, ਮੈਨੂੰ ਭਾਜੀ ਕਬੱਡੀ ਦਾ ਪਤਾ ਨੀ ਸੀ, ਆਪਾਂ ਤਾਂ ਨਵੇਂ ਨਵੇਂ ਆਏ ਸੀ। ਹਾਂਜੀ ਹਾਂਜੀ, ਵੀ ਆਹ ਪ੍ਰੀਤਾ ਆਹ ਰਾਣਾ ਬੰਜ ਹੈ, ਸਾਨੂੰ ਉਦੋਂ ਕਹਿੰਦੇ ਤੁਸੀਂ ਨੀ ਹੁੰਦੇ ਸੀ, ਫਿਰ ਮੰਗਾ ਬਿੱਠਾ ਪੂਰੀ ਗੱਲ ਮਿਲ ਕੇ ਉਹਦੀ ਕਿਤਾਬ ਲਿਖਣੀ ਆ, ਦੁੱਲੇ ਦੀ ਹਨਾ, ਟ੍ਰੈਂਡ ਜਿਹੜੇ ਚੱਲਦੇ ਹੁੰਦੇ ਸਾਨੂੰ ਹਨਾ। ਹਾਕਮ ਨੂੰ ਭੇਜ, ਉਹਨਾਂ ਦੀ ਰਿਕੁਐਸਟ ਭੇਜੋ, ਭੇਜੀ ਹਾਕਮ ਵਿੱਚ? ਹਾਕਮ ਜੇ ਡੈਡੀ ਲੱਗ ਗਿਆ ਤਾਂ ਗੱਲ ਕਰਾ, ਹਾਕਮ ਨੂੰ ਆਪਾਂ ਵਿੱਚ ਐਡ ਹੀ ਕਰਦੇ ਆ ਭਾਜੀ। ਹਾਕਮ ਭੰਡਾਲ, ਹਾਕਮ ਆਪਣੇ ਡੈਡੀ ਨੂੰ ਐਡ ਕਰ ਪੁੱਤਰਾ। ਹਾਕਮ ਭੰਡਾਲ ਤੋਂ ਲੱਭਣਾ ਪੈਣਾ, ਤੇ ਹਾਕਮ 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 ਹਾਕਮ
ਰਿਕੁਐਸਟ ਭੇਜੀ ਹਾਕਮ ਭਰਾ ਬਣਿਆ, ਤੂੰ ਤਾਂ ਮੇਰਾ ਭਰਾ ਤੈਨੂੰ ਭਤੀਜਾ ਵੀ ਨਾ ਕਹਿ ਸਕਦੇ। ਹਾਕਮ ਭੇਜੀ ਭੇਜੀ ਭੇਜੀ। ਅੱਛਾ ਤੁਸੀਂ ਗੱਲਾਂ ਕੰਟੀਨਿਊ ਰਹੋ ਭਾਜੀ ਤੁਸੀਂ। ਹਾਂਜੀ ਹਾਂਜੀ ਬੇਬਾ ਭਾਜੀ, ਭਾਜੀ ਜਾਫੀ ਸੀ ਕਿ ਰੇਡਰ ਸੀ? ਜਾਫੀ ਸੀ ਹਨਾ ਇਹ ਬੇਬਾ ਭਾਈ? ਜਾਫੀ ਸੀ ਬੇਬਾ ਭਾਜੀ, ਆਈ ਪਿੰਡ ਖੇਡਣ, ਮੈਂ ਸੀਗਾ ਹਰਜੀਤ ਹੋਣਾ ਨਾਲ, ਤਾਂ ਪਹਿਲਾ ਜੱਫਾ ਹਰਜੀਤ ਨੂੰ ਲਾਇਆ ਸੀ ਪਹਿਲੀ ਰੇਡ ਤੇ। ਓਕੇ ਮਿੱਠਾ ਬੋਲ ਤੇ ਵੱਡਾ ਭਾਈ ਕਬੱਡੀ ਸਤਰਾਮ, ਉਹ ਭਾਜੀ ਕੋਈ ਰਹਿੰਦਾ ਸੀ ਦੇਬੇ ਭਾਜੀ ਕੋਲ, ਤੇ ਇਹਨਾਂ ਨੂੰ ਦੇਖ ਕੇ ਫਿਰ ਆਪਾਂ ਕਬੱਡੀ ਸ਼ੁਰੂ ਕੀਤੀ ਸੀ ਆਪਣੇ ਲੜ ਕੇ ਪੋਲਾ ਬਟਾਲੇ ਫਾਟਕ ਤੋਂ। ਅੱਜ ਤਾਂ ਬਲੱਡ ਸੀ ਆ ਕਬੱਡੀ ਸਾਰਿਆਂ ਦੇ, ਸਾਡੇ ਉਹਨਾਂ ਨੂੰ ਦੇਖ ਕੇ ਆਪਾਂ ਕਬੱਡੀ ਖੇਡਣ ਲੱਗੇ। ਭਾਜੀ ਚਲੋ ਕਬੱਡੀ ਤਾਂ ਤੁਹਾਡੀ ਅੱਛੀ ਸੀਗੀ, ਪਰ ਤੁਹਾਡੇ ਸਰੀਰ ਨੂੰ ਵੇਖ ਕੇ ਲੋਕਾਂ ਨੇ ਜਿਮ ਜੁਆਇਨ ਕੀਤੇ। ਹਾਂਜੀ 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 ਇਹ 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 ਸੱਚੀ ਗੱਲ ਆ ਚਰਨ ਭਾਈ, ਸਹੀ ਗੱਲ ਹਨਾ? ਤੇ ਮਤਲਬ ਵੀ ਇਹ ਚੀਜ਼ ਸੀ, ਮੈਨੂੰ ਯਾਦ ਹੈ ਮੈਂ ਨਾ ਗਜੀਤ ਨਾਲ ਸੀਗਾ ਤੇ ਅਸੀਂ ਨਾ ਉਹ ਪਿੰਡ ਚ ਖੇਡਣ ਲੱਗ ਪਏ ਸੀ, ਮੈਂ ਰਿਹਾ ਬਹੁਤ ਆਉਂਦੇ ਕੋਲੇ ਭਾਈ ਕੋਲੇ, ਉੱਥੇ ਮੈਂ ਇੱਕ ਮੁੰਡੇ ਦਾ ਫੜ ਲਿਆ ਗੁੱਟ ਤੇ ਮੈਂ ਜਫਾ ਲਾਤਾ ਉਹਨੂੰ, ਭਾਜੀ ਮੈਂ ਵੀ ਕਦੇ ਲਾ ਲੈਂਦਾ ਸੀ ਨਿੱਕਾ ਮੋਟਾ ਤੇ ਹੈ ਤੂੰ ਮਿਹਨਤ ਜੀ ਕਰ ਦਿੰਦੇ ਸੀ, ਤਾਂ ਮੈਂ ਜਫਾ ਲਾ ਲਿਆ ਤੇ ਮੈਨੂੰ ਉਹ ਤੜਕੇ ਉਹ ਸ਼ਾਮ ਜੀ ਨੂੰ ਜਾਵੜੇ ਕਹਿੰਦੇ ਵੀ ਕੀ ਕੀਤਾ, ਤੇ ਮੈਂ ਕਿਹਾ ਅੱਜ ਮੈਂ ਵੀ ਗੁੱਟ ਤੋਂ ਫੜ ਕੇ ਜਫਾ ਲਾਇਆ, ਕਹਿੰਦਾ ਤੂੰ ਭਾਜੀ ਮੰਗਾ ਮਿੱਠਾ ਪੁਰੀ ਕੇ ਤਾਂ ਗੁੱਟ ਫੜਿਆ ਸੀ ਉਧਰ। ਉਦਣ ਮੈਨੂੰ ਸਟੱਕ ਹੋਈ ਗੱਲ, ਉਦੋਂ ਪਹਿਲੀ ਵਾਰ ਜ਼ਿੰਦਗੀ ਚ ਮੈਂ ਤੁਹਾਡਾ ਨਾਂ ਸੁਣਿਆ, ਤੂਤ ਪਿੰਡ। ਹਾਂਜੀ ਤੂੰ ਮੰਗਾ ਮਿੱਠਾ ਪੁਰੀ ਕੇ ਤਾਂ ਗੁੱਟ ਫੜ ਲਿਆ, ਮੈਂ ਉਦੋਂ ਬਾਅਦ ਫਿਰ ਮੇਰੇ ਦਿਮਾਗ ਚੱਲਣ ਲੱਗ ਪਏ ਵੀ ਯਾਰ ਪਲੇਅਰ ਗੁਰਜੀਤ ਤੋਂ ਬਿਨਾਂ ਹੋਰ ਵੀ ਹੋਣਗੇ, ਫਿਰ ਤੁਹਾਡੀ ਫੋਟੋ ਵੇਖੀ ਤੁਸੀਂ ਐ ਨਾ ਜਿਹੜੀ ਤੁਹਾਡੀ ਲੱਗੀ ਵੀ ਆ ਪ੍ਰੋਫਾਈਲ ਤੇ ਵੀ ਲੱਗੀ ਆ ਇਹ। ਹਾਂਜੀ 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 ਇਹ ਫੋਟੋ ਚਰਨ ਬਾਈ ਨਾ ਤੁਸੀਂ ਵੀ ਸ਼ਾਇਦ ਵੇਖਿਆ, ਜਦੋਂ ਮੋਬਾਈਲ ਚੱਲੇ ਸੀਗੇ ਇੱਕ ਗੋਗੋ ਰੁੜਕੀ ਦੀ ਫੋਟੋ ਹਿੱਟ ਹੋਈ ਸੀਗੀ ਜਿਹੜੀ ਉਹ ਯੈਲੋ ਜੀ ਟੋਪੀ ਲੈ ਕੇ ਬੈਠਾ। ਹਾਂਜੀ 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 ਇੱਕ ਮੰਗਾ ਭਾਜੀ ਦੀ ਆਹ ਫੋਟੋ ਤੇ ਇੱਕ ਲੱਖੇ ਗਾਜੀਪੁਰ ਦੀ ਫੋਟੋ ਸੀਗੀ ਜਿਹ ਚ ਪਿੱਛੇ ਟੈਟੂ ਸੀ ਭਾਜੀ, ਤੇ ਟੇਢਾ ਵੇਖ ਰਹੇ ਆ। ਹਾਂਜੀ 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 ਤੇ ਹਰਜੀਤ ਬਾਜੇ ਖਾਨੇ ਦੀ ਉਹ ਫੋਟੋ ਜਦੋਂ ਪਾਣੀ ਚੋਂ ਨਿਕਲ ਰਿਹਾ ਸਮੁੰਦਰ ਚੋਂ ਭਾਜੀ। ਹਾਂਜੀ ਹਾਂਜੀ ਮੈਨੂੰ ਚੇਤਾ ਜੀ, ਜਾ ਜਾਣਾ ਜੀ ਗੱਲ ਇਹ ਹੈਗੀ ਮੇਰੇ ਤੋਂ ਫੋਟੋ, ਉਹ ਫੋਟੋਆਂ ਮਤਲਬ ਸੀਗੀਆਂ ਮਤਲਬ ਜਿਹੜੀਆਂ ਬੜੀਆਂ ਪਾਪੂਲਰ ਸੀ, ਹਰ ਚੌਥੇ ਮੋਬਾਈਲ ਦੇ ਉੱਤੇ ਫੋਟੋ ਲੱਗੀ ਹੁੰਦੀ ਸੀ। ਹਾਂਜੀ ਉਹ ਤੁਹਾਡੀ ਉਹ ਫੋਟੋ ਕਿਹਨੇ ਖਿੱਚੀ, ਕਿੱਥੇ ਖਿੱਚੀ ਸੀ ਭਾਜੀ ਤੁਹਾਨੂੰ ਪਤਾ ਹੋਵੇ? ਜਿਵੇਂ ਹਰਜੀਤ ਬਾਜੇ ਖਾਨੇ ਦੀ ਫੋਟੋ ਖਿੱਚੀ ਸੀ ਚੰਨੇ ਆਲਮਗੀਰ ਨੇ। ਹਾਂਜੀ ਹਾਂਜੀ ਜਿਹੜੀ ਮੇਰੀ ਮੇਰੀ ਪ੍ਰੋਫਾਈਲ ਤੇ ਲੱਗੀ ਉਹਦੀ ਫੋਟੋ ਦੀ ਗੱਲ ਕਰਦੇ ਆ? ਹਾਂ 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 ਇਹ ਓਲੀਵਰ ਟੂਰਨਾਮੈਂਟ ਦੀ ਆ, ਇਹ ਕੈਨੇਡਾ ਦੀ ਓਲੀਵਰ ਟੂਰਨਾਮੈਂਟ ਦੀ। ਤੇ ਕਿਹੜੇ ਸਾਲ ਦੀ ਜੀ? ਇਹ ਹੈਗੀ ਆ 2013 ਦੀ। ਓਕੇ ਇਹ ਆਪਣੇ ਉਦੋਂ ਲਾਈਵ ਕਬੱਡੀ ਵਾਲੇ ਆਪਣਾ ਮੈਨੀ ਰਹਿ ਦੀ ਖਿੱਚੀ ਹੋਈ ਆ। ਹਾਂ ਮੈਨੀ ਹੋਣਾ ਦੀ ਖਿੱਚੀ, ਉਹ ਤੋਂ ਚੱਕੀ ਆ ਉਹਦੇ ਆਪਾਂ ਪ੍ਰੋਫਾਈਲ ਤੋਂ। ਮੰਗਾ ਭਾਜੀ ਤੁਸੀਂ ਮੋਗੇ ਵਾਲਾ ਗੋਲਡ ਕੱਪ ਵੀ ਖੇਡੇ ਆ? ਹਾਂਜੀ ਮੋਗੇ ਵਾਲਾ ਗੋਲਡ ਕੱਪ ਖੇਡੇ ਨੀ ਤੇ ਫੋਟੋਆਂ ਲੱਗ ਜਾਂਦੇ ਨਿੱਕੀਆਂ ਨਿੱਕੀਆਂ ਗੋਲ? ਨਹੀਂ ਮੈਂ ਨੀ ਖੇਡਿਆ ਬਰੋ ਉਹ। ਓਕੇ ਉਹ ਤੇ ਤੁਹਾਡੀ ਫੋਟੋ ਪਰ ਲੱਗਦੀ ਹੁੰਦੀ ਜੀ ਛੋਟੀ? ਹਾਂਜੀ 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 ਫੋਟੋ ਸਾਰਿਆਂ ਦੀ ਲਾਉਂਦੇ ਹੁੰਦੇ ਸੀ ਉਹ, ਫੋਟੋ ਸਾਰਿਆਂ ਲਾਉਂਦੇ ਹੁੰਦੇ। ਮੈਂ ਦੱਸਾਂ ਮੈਂ ਡਰੋਲੀ ਭਾਈ ਕੇ ਘਲ ਕਲਾ, ਇਹ ਮੈਂ ਕੋਈ ਟੂਰਨਾਮੈਂਟ ਮਿਸ ਨੀ ਕਰਦਾ ਹੁੰਦਾ, ਜਿੱਦਾਂ ਆਪਣੇ ਮਾਲਪੁਰੇ ਹੋ ਗਏ ਟੂਰਨਾਮੈਂਟ ਸਾਰੇ ਸਾਡੇ ਹੀ ਹੁੰਦੇ ਸੀ। ਠੀਕ ਆ ਜੀ। ਓਕੇ ਮੈਨੂੰ ਪਹਿਲੇ ਸਾਲ ਖਿਲਾਇਆ ਸੀ ਆਪਣੇ ਭੀਮੇ ਭਾਜੀ ਨੇ ਇੰਗਲੈਂਡ ਚ, ਭੀਮਾ ਸਹੇੜੀ ਉਹੀ ਨਾ? ਭੀਮਾ ਸਹੇੜੀ ਹਾਂਜੀ ਭੀਮਾ ਸਹੇੜੀ। ਮੈਂ ਲੱਲੀ ਵਾਲਾ ਸੰਦੀਪ ਤੇ ਮਾਣਾ ਅਸੀਂ ਗਏ ਸੀਗੇ ਇੱਥੋਂ ਕੈਨੇਡਾ ਤੋਂ, ਸਾਨੂੰ ਕੋਈ ਖਿਲਾਉਂਦਾ ਨੀ ਸੀ ਸਾਜੀ। ਅੱਛਾ ਉਹਨਾਂ ਨੇ ਮੈਨੂੰ ਦੇਖਿਆ ਵੀ ਇਹ ਦਾੜੀ ਜੀ ਰੱਖੀ ਹੈ, ਇਹ ਕੋਈ ਨਵਾਂ ਉੱਥੇ ਦਾ ਬੋਈ ਲੱਗਦਾ ਵੀ ਇਹਨੇ ਕਿਹੜਾ ਕੌਡੀ ਭੱਜਣਾ। ਅੱਛਾ ਦੇਬੇ ਭਾਜੀ ਨੇ ਬਣਾਈ ਉੱਥੇ ਟੀਮ ਕਪੂਰਥਲੇ, ਸਾਡਾ ਮੈਚ ਸੀਗਾ ਇਹਨਾਂ ਨਾਲ ਬਿੱਟੂ ਹੋਣਾ ਨਾਲ। ਅੱਛਾ ਬਾਂਗਰ ਵਾਲੇ ਨਾਲ? ਨਹੀਂ ਬਿੱਟੂ ਆਪਣਾ ਬਿੱਟੂ ਪੂਰਾ ਹੋ ਗਿਆ, ਬਿੱਟੂ ਦਗਾਲ 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 ਹਾਂਜੀ ਆਪਣੇ ਜਾਦੂ ਹੋਣੀ ਸੀ ਇਹਨਾਂ ਦੇ ਰੇਡਰ, ਜਾਦੂ ਕਰਲਾਲ ਜਾਦੂ ਬੋੜਾ ਵਾਲਾ ਹਾਂਜੀ ਹਾਂਜੀ ਤੇ ਆਪਣਾ ਆਪਣਾ ਕਾਲਾ ਥਾਂਦੇ ਵਾਲੀ ਆ। ਹਾਂ ਇਹ ਰੇਡਰ ਸੀ ਇਹਨਾਂ ਦੇ, ਉਹਨਾਂ ਨੇ ਸੋਚਿਆ ਵੀ ਇਹਨਾਂ ਸਾਡਾ ਮੈਚ ਚਾਰ ਟੀਮਾਂ ਸਾਡੇ ਹੁੰਦੇ ਸੀ ਉਦੋਂ, ਸਾਡਾ ਮੈਚ ਪਵਾਤਾ ਤੇ ਸੰਦੀਪ ਦੇ ਲੱਗ ਗਈ ਨੱਕ ਤੇ ਸੱਟ। ਓਕੇ
रह गया मैं तो पाली खोजे वाली है मुंडा उठे नवा बिंदी बाहूपुरी हाँ जी वो हम टोरंटो आखिर मुंडा है ना मेनू कहते पुलाना कि मैं दो कबड्डिया पर जाया थी मैं आप कौडी खेडना है कौडी पावे आप उत्थे मैं फिट होना मैच खेडा तो नॉन स्टॉप मेरी कबड्डिया से उदन मेन फिर मेन भीमे ने कहा भी साढ़े च सारा सीजन खेड इंग्लैंड फिर मैं इन्हों के फिर मैं इन्हों चल गया सी फिर ओ सीजन मैं संदीप ने माणे ने असि इन्हों खेडिया अपने अपने भिंदर की बहुत सपोर्ट रही है खास कर भिंदर अंग्रेज भीमा इन्होंने बहुत अपनी स्वरना अपना अपने दूजे जो मुंडा अपने रेडर आ सुल्तान का डैड प्रीतम सिंह जी प्रीतम इन्होंने बहुत सपोर्ट की अपनी ब्रो एवं कही है ना आप इन्होंने याद भी करी दा कभी आप कोई गल हो मैंशन भी करी दा ਭਾਜੀ ਨਾ ਹੁਣ ਮਤਲਬ ਜਿਵੇਂ ਤੁਸੀਂ ਇੰਨਾ ਯਾਦ ਕਰਦੇ ਹੋ ਪਰ ਤੁਸੀਂ ਕਹਿ ਰਹੇ ਹੋ ਮੈਂ ਇੰਨਾ ਕੁਛ ਇਹਨਾਂ ਤੋਂ ਸਿੱਖਿਆ ਪਰ ਅੱਜ ਦੀ ਜਿਹੜੀ ਜਨਰੇਸ਼ਨ ਆ ਸਿੱਖ ਹੀ ਨਹੀਂ ਰਹੀ ਜਿਹਦੇ ਕਰਕੇ ਕਬੱਡੀ ਦਾ ਉਹਨਾਂ ਦਾ ਜਿਹੜਾ ਉਹਨਾਂ ਦਾ ਕਬੱਡੀ ਦਾ ਕੈਰੀਅਰ ਛੋਟਾ ਰਹਿ ਗਿਆ ਮੈਨੂੰ ਲੱਗਦਾ ਕਬੱਡੀ ਦਾ ਕੈਰੀਅਰ ਇਸੇ ਕਰਕੇ ਛੋਟਾ ਕਿਉਂਕਿ ਉਹ ਆਪਣੇ ਵੱਡਿਆਂ ਤੋਂ ਨਹੀਂ ਸਿੱਖ ਰਹੇ ਜਿੱਦਾਂ ਮੈਂ ਹੁਣ ਨਾ ਇੱਕ ਮੁੰਡਾ ਉੱਠਿਆ ਸੀਗਾ ਆਪਣੇ ਥੋੜੇ ਸਾਲ ਪਹਿਲੋਂ ਆਪਣੇ ਦਾ ਪਰਮਜੀਤ ਕੌਰ ਦਾ ਬਾਗੀ ਬਾਗੀ मैं जो बंदे नू मठंडी मैं देखिया तो मैं उन्हूं लागी हों देखिया मैं कहा भी ये बंदा कबड्डी च आया एडा एदा शरीर आ भी ये बंदा मेरे हिसाब नाल 20 साल तगड़ी कबड्डी खेडूगा पर जेड़े प्लेयर है ना और जां कोई ओहदे 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 इंजरी होई आ जां ते पता नहीं ओह थोड़ा टाइम ही खेडिया जिस हिसाब नाल ओहदा शरीर सी भी मेरे हिसाब नाल भी मैं सोचा भी 20 साल तगड़ी कबड्डी हूं मेनू कई वेले इदा लगता भी साझी ओनू पुछा फोन करके भी की प्रॉब्लम है ना जां कोई इंजरी आ जिहड़ी इंजरी आ ओह जिहड़ा प्रोफेशनल प्लेयर हुंदा ओनू इंजरी नाल भी थोड़ा प्रोफेशनल होना पैंदा जी 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 ते अपने किते गोडे ते सट आ ओहदी रेस्ट करो ओहदा इलाज कराओ इलाज करके ग्राउंड च दुबारा आओ जे आप कही आप टीका भरा लिया उतो कोई आप करा लिया उतो आप टक लवा लिया उतो आप सेक दवा लिया बंद फिर इंजरी थोड़ा थोड़ा जो प्रोफेसनल नहीं होंगे क्योंकि जब अपना काम ही यह जो कोई इंजरी होगी ओरी लुक आफ्टर करो रीहैब करो डॉक्टर को जाओ जो आप कि सियाने को चल जाने उतो मिला लिया फिर इंजरी जी वर्स होंगी ना कि ठीक होंगी नॉलेज जितने मेरे हिसाब से देखो किन्ने प्लेयर ठाले उन्होंने किन्ने प्लेयर उन्होंने ठाले वधिया नॉलेज है इदा दे कोच को ट्रेनिंग लैनी कोई मेरे हिसाब ना कोई लक्की बंदे होंगे जिहड़े जिदा 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 गुरजीत होनी उन्होंने को ट्रेनिंग लई आ चलो जिदा जिदा कहो भी कहमत माड़ी ही गलत कामां च पै गया पर अपने जलंधर शेरे पंजाब अकैडमी गोपाल कोच सुमित्र भाजी हां गोपाल कोच हां हां ठीक है रेंदे हैं मैं तुम्हें गल एक साल लक बड़ा टैट होन लग पे ही जिदा दो तीन दो चक्कर लगने ग्राउंड दे लक बड़ा टैट होना ना ओके मैं गोसा नु कहा मैं गोसा भी लक बड़ा टैट होंदा मैच ठीक है ट्रेनिंग ते लक बड़ा टैट होंदा गोसा कहिंदे एक हफ्ता मैच बंद करके मेरे तो ट्रेनिंग कर ओके ठीक है उन्होंने
ਉਹਨਾਂ ਨੇ ਸਟ੍ਰੈਚਾਂ ਹੀ ਇਦਾਂ ਦੀਆਂ ਦੱਸੀਆਂ ਮੈਨੂੰ ਹਨਾ ਵੀ ਸਾਜੀ ਨਾ ਲੱਕ ਟਾਈਟ ਹੋਣਾ ਨਾ ਹੀ ਥੱਕਣਾ ਓਕੇ ਕਿਉਂਕਿ ਆਪਣੇ ਕੋਚ ਹੈ ਅਥਲੈਟਿਕ ਕੋਚ ਹੈ ਉਹਨਾਂ ਨੂੰ ਪਤਾ ਆ ਕਿਹੜੀ ਐਕਸਰਸਾਈਜ਼ ਕਰਨੀ ਹੈ ਕਿਹੜੇ ਟਾਈਮ ਕੀ ਖਾਣੀ ਆ ਜਿੱਦਾਂ ਉਹਨਾਂ ਨੇ ਕਹਿਣਾ ਵੀ ਮੈਚ ਤੋਂ ਬਾਅਦ ਪ੍ਰੋਟੀਨ ਪੀਣੀ ਹੈ ਹਰੇਕ ਮੈਚ ਤੋਂ ਬਾਅਦ ਕਿਉਂਕਿ ਤੁਹਾਡੀ ਜਿਹੜੀ ਐਨਰਜੀ ਵੇਸਟ ਹੋਈ ਆ ਉਹ ਪ੍ਰੋਟੀਨ ਦਾ ਬੋਡੀ ਜਾਣਾ ਉਹ ਮੈਨੂੰ ਸਾਰਿਆਂ ਨੇ ਕਹੀ ਜਾਣਾ ਇਹ ਪਾਊਡਰ ਹੀ ਪੀਂਦਾ ਰਹਿੰਦਾ ਹੈ ਨਾ ਕਿਉਂਕਿ ਆਪਾਂ ਸਵੇਰ ਤੋਂ ਦੋ ਰੋਟੀਆਂ ਖਾਧੀਆਂ ਹੁੰਦੀਆਂ ਆ ਜੇ ਰੋਟੀਆਂ ਨਹੀਂ ਖਾਣੀਆਂ ਰੋਟੀਆਂ ਫੁੱਲ ਦੀਆਂ ਕੋਈ ਲਿਕਵਿਡ ਪੀ ਲਓ ਹਨਾ ਕੋਈ ਪ੍ਰੋਟੀਨ ਪੀ ਲਓ ਤਾਹੀ ਮੁੰਡੇ ਕਹਿੰਦੇ ਭਾਜੀ ਭਾਰ ਨੀ ਵੱਧਦਾ ਪਰ ਉੱਥੇ ਟਿਕਿਆ ਹੁਣ ਸਵੇਰੇ 12 ਵਜੇ ਦੇ ਸਵੇਰੇ 8 ਵਜੇ ਘਰੋਂ ਤੁਰਦੇ ਆ ਦੋ ਫੁਲਕੇ ਖਾ ਕੇ ਵੀ ਡਰਦੇ ਉਹ ਖਾਂਦੇ ਵੀ ਹੈ ਨੀ ਵੀ ਫੁੱਲਣਾ ਆ ਮੈਚ ਰਾਤ ਦੇ 2-2 ਵਜੇ ਤੇ ਮੈਚ ਚੱਲਦੇ ਆ ਵੀ ਕੁਛ ਖਾਂਦੇ ਨੀ ਰੋਜ਼ ਦੂਏ ਤੀਏ ਦਿਨ ਉਹ ਭੁੱਖੇ ਰਹਿੰਦੇ ਆ ਹਨਾ ਤੇ ਉਹ ਪ੍ਰੋਟੀਨ ਪੀ ਲਓ ਹਰੇਕ ਮੈਚ ਤੋਂ ਬਾਅਦ ਤੁਸੀਂ ਰਿਕਵਰੀ ਤਾਂ ਕਰ ਲਓ ਮੀਲ ਬਣ ਜਾਂਦਾ ਕਿਉਂਕਿ ਲਿਕੁਡ ਆ ਉਹ ਕਿਹੜਾ ਫੁੱਲਣਾ ਢਿੱਡ ਚ ਜਾ ਕੇ ਕਈ ਬਹੁਤ ਬਹੁਤ ਨੌਲੇਜ ਆ ਜਿੱਦਾਂ ਵਧੀਆ ਅਥਲੀਟ ਆ ਉਹ ਇਹੀ ਕਰਦੇ ਰਾਈਟ ਵੇ ਟ੍ਰੇਨਿੰਗ ਤੋਂ ਬਾਅਦ ਪ੍ਰੋਟੀਨ ਲੈ ਲਓ ਵੀ ਤੁਹਾਡੇ ਮਸਲ ਦੇ ਜਿਹੜੇ ਆਪਣੇ ਟੁੱਟੇ ਆ ਤੁਹਾਡਾ ਸਰੀਰ ਟੁੱਟਾ ਆ ਨਾ ਉਹਨੂੰ ਮਾੜੇ ਕੁਛ ਅੰਦਰ ਜਾਵੇ ਵੀ ਨੌਲੇਜ ਫਿਰ ਉਹੀ ਗੱਲ ਆ ਗਈ ਨੌਲੇਜ ਦੀ ਹੈ ਨਾ ਮੈਂ ਤੈਨੂੰ ਫੋਟੋ ਦਿਖਾਦਾ ਮੈਂ ਤਾਂ ਇੱਥੇ ਵੀ ਮੈਂ ਆਪਣੇ ਆਫਿਸ ਵਿੱਚ ਵੀ ਆਹੀ ਮਾਹੌਲ ਬਣਾਇਆ ਹੋਇਆ ਦਿਖਾਦਾ ਉਹ ਦੇਖ ਲਾ ਫੋਟੋ ਲੱਗੀ ਆ ਬੱਚਿਆਂ ਦੀ ਫੋਟੋ ਆ ਉਹ ਮੇਰੀ ਫੋਟੋ ਆ ਬੱਚਾ ਵੀ ਤੁਹਾਡਾ ਕਬੱਡੀ ਚ ਹੀ ਹੈ ਕਿ ਭਾਜੀ ਹੋਰ ਗੇਮ ਦਾ ਸ਼ੌਕੀਨ ਆ ਨਹੀਂ ਨਹੀਂ ਕੁੜੀ ਮੇਰੀ ਜਿਮਨਾਸਟਿਕ ਕਰਦੀ ਹੈ ਮੁੰਡਾ ਰੈਸਲਿੰਗ ਕਰਦਾ ਓਕੇ ਹਜੇ ਤਾਂ ਨਿੱਕਾ 12 ਸਾਲ ਦਾ ਹਜੇ ਤਾਂ ਫੁੱਲ ਖੇਡਣਾ ਆ ਉਹਨਾਂ ਦੇ ਪੀਰ ਛੋਟਾ ਆ ਚਲੋ ਹਜੇ ਉਹਨੂੰ ਬਦਨ ਫੁੱਲਣ ਦਿਓ ਖਾ ਪੀ ਲੈਂਦੇ ਹੋ ਨਾ ਜੋ ਖਾਣਾ ਹੁੰਦਾ ਥੋੜੀ ਫਿਟਨੈਸ ਰਹਿੰਦੀ ਹੈ ਬੋਡੀ ਚ ਜਦੋਂ 70 ਗੋਰਿਆਂ ਦੇ ਵਿੱਚ ਅਗਲਾ ਕਹਿੰਦਾ ਮੰਗਾ ਮਿੱਠਾਪੁਰੀ ਆ ਗਿਆ ਫਿਰ ਉਦੋਂ ਪਤਾ ਹੀ ਕੀ ਹੁੰਦਾ ਹੁਣ ਉੱਥੇ ਉਹੀ ਉਹੀ ਫਿਰ ਥੋੜੀ ਫਿਟਨੈਸ ਰਹਿੰਦੀ ਹੈ ਬ੍ਰੋ ਨਹੀਂ ਨਹੀਂ ਮੈਨੂੰ ਪਤਾ ਉਹ ਭਾਜੀ ਕਹਿੰਦਾ ਪੰਡਾਲ ਸਾਨੂੰ ਮੈਂ ਕਿਹਾ ਜੀ ਹੁਣ ਮੰਗਾ ਕਹਿੰਦਾ ਜੀ ਉਹ ਕਬੱਡੀ ਤਾਂ ਹੁਣ ਘੱਟ ਵੱਧਦੀ ਖੇਡਦਾ ਮੈਂ ਕਿਹਾ ਫਿਰ ਰਿਟਾਇਰ ਹੋ ਗਿਆ ਰਿਟਾਇਰ ਟੂਰ ਨੀ ਹੁੰਦਾ ਉਹਨੇ ਕੋਈ ਨਾ ਕੋਈ ਸਿੰਗ ਅੜਾਈ ਰੱਖਣਾ ਤੇ ਉਹ ਅੜਾਈ ਬੈਠਾ ਭਾਜੀ ਸਾਡਾ ਹੈ ਸਿਹਤ ਠੀਕ ਰਹਿੰਦੀ ਸਾਜੀ ਸਿਹਤ ਠੀਕ ਰਹਿੰਦੀ ਬ੍ਰੋ ਬਿਮਾਰੀ ਬੁਮਾਰੀ ਤੋਂ ਬਚੇ ਆ ਹੁਣ 41 ਤਾਂ ਹੋ ਗਏ ਆ ਸਾਲ 9 ਰਹਿ ਗਏ ਆ ਨੰਬਰ 5 ਲੱਗ ਗਿਆ ਨਾ ਮੋਰੇ 5 ਤੇ 0 ਹੈ ਟਾਈਮ ਟਾਈਮ ਦੀ ਗੱਲ ਹੈ ਜਿੱਦਾਂ ਮੈਂਸ਼ਨ ਕੀਤਾ ਮੈਂ ਭੀਮੇ ਭਿੰਦਰ ਦਾ ਦਿੱਤੇ ਭਾਜੀ ਦਾ ਸਾਰਿਆਂ ਦਾ ਮੈਂਸ਼ਨ ਕੀਤਾ ਨਾ ਅੱਜ ਕੱਲ੍ਹ ਮੇਰੇ ਹਿਸਾਬ ਨਾਲ ਨੀ ਕੋਈ ਅੱਜ ਕੱਲ੍ਹ ਜਿਹੜਾ ਨਾ ਆਪਾਂ ਉਸਤਾਦ ਧਾਰਨਾ ਆ ਕੋਈ ਉਸਤਾਦ ਨੀ ਧਾਰਦਾ ਜਿਹੜਾ ਬੰਦਾ ਨਾ ਤੁਸੀਂ ਕਿਸੇ ਨੂੰ ਉਸਤਾਦ ਧਾਰੋ ਜਿੱਦਾਂ ਜਿੱਦਾਂ ਦੁੱਲਾ ਆ ਦੁੱਲੇ ਦਾ ਉਸਤਾਦ ਜਿਹੜਾ ਆਪਣਾ ਪੂਰਾ ਹੋ ਗਿਆ ਨਾ ਮੁੰਡਾ ਉਹਨੂੰ ਯਾਦ ਵੀ ਰੱਖਿਆ ਉਹਦੀ ਫੈਮਿਲੀ ਦੀ ਹੈਲਪ ਵੀ ਕਰਦਾ ਹੈਨਾ ਤੂੰ ਅੱਜ ਕੱਲ ਦੇਖ ਲਾ ਉਸਤਾਦ ਕੋਈ ਧਾਰਦਾ ਹੀ ਨੀ ਹੈ ਜਿੱਦਾਂ ਅਸੀਂ ਉਸਤਾਦ ਭਾਜੀ ਇੱਕ ਗੱਲ ਮੰਗੇ ਭਾਜੀ ਇਹ ਵੀ ਆ ਕਿ ਜੇ ਤੁਸੀਂ ਇੱਜ਼ਤ ਕਰਦੇ ਹੋ ਨਾ ਇੱਜ਼ਤ ਵੀ ਬੰਦਾ ਉਹੀ ਕਰਦਾ ਜਿਹਨੂੰ ਆਪਦੀ ਕਦਰ ਹੁੰਦੀ ਆ ਜਿਹਨੂੰ ਆਪਦੀ ਕਦਰ ਨਹੀਂ ਹੈਗੀ ਉਹ ਇੱਜ਼ਤ ਨਹੀਂ ਕਰੂਗਾ ਕਿਸੇ ਦੀ ਤੇ ਦੁੱਲੇ ਦੀ ਰਿਸਪੈਕਟ ਜਿਹੜੇ ਅਨਪ੍ਰੋਫੈਸ਼ਨਲ ਮਤਲਬ ਜਿਹੜੇ ਕਬੱਡੀ ਨੂੰ ਨਹੀਂ ਪਸੰਦ ਕਰਦੇ
ਉਹ ਇਸੇ ਕਰਕੇ ਕਰਦੇ ਕਿ ਉਹਨੇ ਆਪਦੇ ਉਸਤਾਦ ਨੂੰ ਯਾਦ ਰੱਖਿਆ ਹੋਇਆ ਤੇ ਔਰ ਮੈਨੂੰ ਲੱਗਦਾ ਇੱਕ ਬਹੁਤ ਵੱਡਾ ਬਿੱਟੂ ਤਦਾਰ ਤੋਂ ਬਾਅਦ ਉਹਦਾ ਨਾਂ ਰਹਿਣਾ ਬੰਦੇ ਦਾ ਕਿ ਮਤਲਬ ਜਿਹਨੇ ਆਪਦੇ ਉਸਤਾਦ ਦੀ ਕਦਰ ਕੀਤੀ ਹਨਾ। ਹੁਣ ਜਿਵੇਂ ਤੁਸੀਂ ਕਹੀ ਜਾਂਦੇ ਹੋ ਭਾਈ ਦੇਵੀ ਤੁਸੀਂ ਉੱਥੇ ਮੈਨੂੰ ਲਾਈਵ ਹੋਇਆ ਤੁਸੀਂ ਦੇਵੀ ਦਿਆਲ ਭਾਜੀ ਦੀ ਤੁਸੀਂ ਕਰਨੀ ਆ ਇੰਟਰਵਿਊ ਕਰਨੀ ਆ ਹਨਾ, ਇਹ ਕੋਈ ਕੋਈ ਭਾਜੀ ਕਹਿੰਦਾ ਵੀ ਸਾਡੇ ਉਸਤਾਦ ਦੀ ਇੰਟਰਵਿਊ ਕਰੋ, ਮੈਨੂੰ ਹਾਲੇ ਤੱਕ ਪਹਿਲੇ ਮੰਗਾ ਭਾਈ ਤੁਸੀਂ ਪਹਿਲੇ ਜਿਹਨਾਂ ਨੇ ਮੈਨੂੰ ਇਹ ਗੱਲ ਕਹੀ ਕਿਉਂਕਿ ਉਹਨਾਂ ਨੇ ਪ੍ਰੇਅਰ ਬਹੁਤ ਠਾਲੇ ਆ, ਉਹਨਾਂ ਨੇ ਜੋ ਜਿਹੜੀ ਟ੍ਰੇਨਿੰਗ ਅਸੀਂ ਉਹਨਾਂ ਕੋਲ ਕੀਤੀ ਆ ਨਾ। ਮੈਂ ਜਿੱਦਣ ਪਹਿਲੇ ਦਿਨ ਉਹਨਾਂ ਕੋਲ ਗਿਆ ਸੀ, ਮੇਰਾ ਵੱਡਾ ਭਾਜੀ ਤੇ ਪਿੰਡੋ ਮੇਰੇ ਜਿੱਦਾਂ ਅਸੀਂ ਸਾਕੋ ਮਰੂਤੀ ਕਾਰ ਸੀ, ਅਸੀਂ ਪੰਜ ਜਾਣੇ ਮਰੂਤੀ ਕਾਰ ਚ ਗਏ ਸੀ, ਸਾਨੂੰ ਮੈਨੂੰ ਛੱਡ ਕੇ ਆਏ ਸੀ ਉੱਥੇ ਹਨਾ। ਅੱਛਾ, ਤੇ ਮੈਂ ਕੈਨੇਡਾ ਤੋਂ ਆ ਕੇ ਜਦੋਂ ਮੈਂ ਦੇਖਿਆ ਦਰੀਆਂ ਦੇ ਥੱਲੇ ਸੌਣਾ ਆ, ਪਹਿਲਾਂ ਮੈਨੂੰ ਮਾਹੌਲ ਹੋਰ ਤਰ੍ਹਾਂ ਦਾ ਲੱਗਾ। ਅੱਛਾ, ਤੇ ਮੈਂ ਜਦੋਂ ਪਹਿਲਾਂ ਤਾਂ ਜੀ ਨੀ ਲੱਗਾ ਦੋ ਤਿੰਨ ਦਿਨ, ਫਿਰ ਪੱਪੀ ਲੈ ਗਿਆ ਮੈਨੂੰ ਆਪਣੇ ਘਰ। ਅੱਛਾ, ਪੱਪੀ ਨੀ ਖਹਿਰੇ ਵਾਲਾ? ਹਾਂਜੀ ਹਾਂਜੀ ਪੱਪੀ। ਫਿਰ ਮੈਨੂੰ ਪੱਪੀ ਆਪਣੇ ਘਰ ਲੈ ਗਿਆ, ਫਿਰ ਮੈਂ ਪੱਪੀ ਕੋਲ ਰਿਹਾ ਦਸ ਕੁ ਦਿਨ। ਫਿਰ ਮੈਂ ਸਟੇਡੀਅਮ ਚ ਆ ਗਿਆ, ਮੈਂ ਯੋਗੀ ਘੱਗੇ ਵਾਲਾ ਦੇਦਨੇ ਵਾਲਾ, ਹਾਂ ਹਾਂ ਆਪਣੇ ਦੇਦਨੇ ਵਾਲਾ, ਇੱਕ ਘੋੜਾ ਹੁੰਦਾ ਸੀ ਸਾਡੇ ਨਾਲ, ਤੇ ਅਸੀਂ ਬਾਵਾ ਮੁੰਡੇ ਉੱਥੇ ਆਮਣੇ ਹੁਣੇ ਹੁੰਦੇ ਸੀ, ਅਸੀਂ ਸਾਰੇ ਹਰਜੀਤ ਚਹਿਲਾਂ ਵਾਲਾ ਅਸੀਂ ਸਾਰੇ ਉੱਥੇ ਹੁੰਦੇ ਸਟੇਡੀਅਮ ਦੇ ਵਿੱਚ। ਬਿੱਟੂ ਹੁੰਦਾ ਕੁੱਬਿਆਂ ਵਾਲਾ, ਹੁਣ ਖਰੇ ਸਪੇਨ ਦੇ ਵਿੱਚ ਆ, ਖਰੇ ਕੈਨੇਡਾ ਚਲ ਗਿਆ ਉਹ, ਤੇ ਅਸੀਂ ਸਾਰੇ ਉੱਥੇ ਇਕੱਠੇ ਹੁੰਦੇ ਵੀ ਸਵੇਰੇ, ਫਿਰ ਮਾਹੌਲ ਏਦਾਂ ਦਾ ਹੋ ਗਿਆ, ਫਿਰ ਜੀ ਲੱਗ ਗਿਆ ਉੱਥੇ ਸਾਜੀ। ਤੇ ਇਹ ਹਿਸਾਬ ਵਾਲਾ ਵੀ ਉੱਥੇ ਸਟੇਡੀਅਮ ਚ ਰਹਿੰਦੇ ਸੀ, ਦਰਾਹੀ ਖਾਨ ਜਾਣਾ ਰਾਤ ਨੂੰ, ਸਾਈਕਲਾਂ ਤੇ ਜਾਣਾ, ਕਦੀ ਟਰਾਲੀ ਤੇ ਚੜ ਕੇ ਜਾਣਾ, ਤੂੰ ਸਮਝਿਆ ਉਹ ਮਾਹੌਲ ਏਦਾਂ ਦਾ ਹੋ ਗਿਆ ਵੀ ਉੱਥੇ ਕੀ ਲੱਗ ਗਿਆ। ਫਿਰ ਕਟਾਣੀ ਸਾਹਿਬ ਅਸੀਂ ਉੱਥੇ ਰੂਮ ਲੈ ਲਿਆ, ਤੇ ਸਟੇਡੀਅਮ ਤੋਂ ਬਾਅਦ ਅਸੀਂ ਉੱਥੇ ਰੂਮ ਲੈ ਲਿਆ ਕਟਾਣੀ ਸਾਹਿਬ ਕਿਸੇ ਦੇ ਘਰ, ਆਉਣਾ ਵੀ ਸਵੇਰ ਨੂੰ, ਫਿਰ ਸਾਈਕਲ ਲਿਆ ਨਵਾਂ ਸਮਰਾਲਿਓ ਸਾਈਕਲ ਲੈ ਕੇ ਆਇਆ। ਕੁੱਬਿਆਂ ਨੂੰ ਮੇਰੇ ਸਾਈਕਲ ਤੇ ਆਉਣਾ, ਟ੍ਰੇਨਿੰਗ ਕਰਕੇ ਫਿਰ ਰਾਮਪੁਰੇ ਨੂੰ ਫਿਰ ਸਾਈਕਲ ਤੇ ਜਾਣਾ ਹਨਾ। ਹੁਣ ਅੱਜ ਕੱਲ ਉਹ ਜਿਹੜੇ ਪੁਰਾਣੇ ਟਾਈਮ ਸੀ ਨਾ, ਜਿੱਦਾਂ ਆਪਣਾ ਜਿੱਦਾਂ ਜੀਤੀ ਕੋਨਰ ਉਹਦਾ ਡੈਡੀ ਦਾਦਾ ਹੁੰਦਾ ਸੀ, ਚਲੋ ਹੁਣ ਤਾਂ ਨਹੀਂ ਰਿਹਾ, ਉਹ ਕਹਿੰਦਾ ਵੀ ਮੈਂ 20-20 ਕਿਲੋਮੀਟਰ ਮੈਂ ਘੁੰਮ ਜਾਂਦਾ ਹੁੰਦਾ, ਮੈਂ ਸਾਈਕਲ ਤੇ ਜਾਂਦਾ ਹੁੰਦਾ ਸੀ। ਓਕੇ, 20 ਕਿਲੋਮੀਟਰ ਸਾਈਕਲ ਚਲਾ ਕੇ ਜਾਣਾ, ਫਿਰ ਘੁਲਣਾ, ਫਿਰ ਸਾਈਕਲ ਚਲਾ ਕੇ ਵਾਪਸ ਆਉਣਾ, ਉਹ ਵੀ ਮਿਹਨਤੀ ਨਾ। ਲੋਕੀ ਕਹਿੰਦੇ ਪੱਟ ਕਿੱਦਾਂ ਬਣਦੇ ਆ, ਉਹ ਪੱਟ ਸਾਈਕਲ ਚਲਾਏ ਨਾ ਬਣਦੇ ਆ, ਬੈਠਕਾਂ ਮਾਰਨੇ ਨਾ ਬਣਦੇ। ਫਿਰ ਇੱਕ ਮੋਹਰੇ ਵੀ ਬੈਠਾ ਹੋਣਾ, ਇੱਕ ਪਿੱਛੇ ਵੀ ਬੈਠਾ ਹੋਣਾ, ਤੇ ਜਿਹੜਾ ਚਲਾਉਂਦਾ ਜੀਪ ਤਾਂ ਉਹਦੀ ਉਦਾਂ ਹੀ ਬਾਹਰ ਆ ਜਾਣੀ ਹਨਾ। ਇਹ ਵੀ ਮਿਹਨਤੀ ਹੁੰਦੀ, ਇਹ ਸਾਰੀਆਂ ਗੱਲਾਂ ਇਹ ਕੋਚ ਸਾਹਿਬ ਨੇ ਦੱਸੀਆਂ। ਕਹਿੰਦਾ ਤੁਸੀਂ ਟਰਾਲੀਆਂ ਤੇ ਚੜ ਕੇ ਆਉਂਦੇ ਆ, ਟ੍ਰੈਕਟਰਾਂ ਤੇ ਬਹਿ ਕੇ ਆਉਂਦੇ, ਕਿਤੇ ਡਾਲਾ ਲੱਗ ਗਿਆ ਮਰ ਗਿਆ, ਕਹਿੰਦਾ ਸਾਈਕਲ ਲਾਓ। ਓਕੇ, ਕੋਚ ਸਾਹਿਬ ਕਹਿੰਦਾ ਸਾਈਕਲ ਲਾਓ, ਇੱਕ ਨੂੰ ਪਿੱਛੇ ਬਿਠਾਓ, ਇੱਕ ਨੂੰ ਮੋਹਰੇ ਬਿਠਾਓ, ਤੁਸੀਂ ਫਾਰਮ ਤੋਂ ਉੱਥੋਂ ਆਉਂਦੇ ਹੀ ਹੋ ਗਏ। ਇਹ ਸਾਡਾ ਇਹ ਹੁੰਦਾ ਸੀ, ਮੈਂ ਚਲਾਉਣਾ ਸਾਈਕਲ, ਉਹਨੇ ਮੈਂ ਚਲਾਉਣਾ, ਕਿਉਂਕਿ ਸਾਈਕਲ ਚਲਾਉਣ ਤੋਂ ਅਸੀਂ ਲੋਕੀ ਨਾ ਚਲਾਉਣ ਤੋਂ ਲੜਦੇ ਹੁੰਦੇ, ਅਸੀਂ ਸਾਈਕਲ ਚਲਾਉਣ ਤੋਂ ਲੜਨਾ ਵੀ, ਉਹਨੂੰ ਕਹਿਣਾ ਮੈਂ ਚਲਾਉਣਾ, ਉਹਨੂੰ ਕਹਿਣਾ ਮੈਂ ਚਲਾਉਣਾ ਹਨਾ। ਕਿਉਂਕਿ ਉਹਨਾਂ ਨੇ ਜਿਹੜੀਆਂ ਤਕਨੀਕਾਂ ਆ ਉਹਨਾਂ ਨੇ ਜੋ ਦੱਸਿਆ ਉਹਨਾਂ ਨੇ ਹਨਾ, ਉਹ ਚੀਜ਼ਾਂ ਜਿਹੜੀਆਂ ਜਿਹਨੇ ਤਾਂ ਪੱਲੇ ਬੰਨ ਲਈਆਂ ਉਹ ਤਾਂ ਪਲੇਅਰ ਬਣ ਗਿਆ, ਹੁਣ ਜਿਹਨਾਂ ਨੇ ਨਹੀਂ ਪੱਲੇ ਬੰਨੀਆਂ। ਹੁਣ ਕਈ ਮੁੰਡੇ ਉੱਥੋਂ ਦੋ ਦੋ ਤਿੰਨ ਤਿੰਨ ਮਹੀਨੇ, ਹੁਣ ਮੰਗੀ ਵੀ ਉੱਥੇ ਰਿਹਾ, ਬੱਗੇ ਵਾਲਾ ਉਹਨਾਂ ਦੀ ਅਕੈਡਮੀ ਚ ਰਿਹਾ, ਸੋਹਣ ਵੀ ਰੌਣਕੀ ਵਾਲਾ ਉੱਥੇ ਰਿਹਾ ਹਨਾ, ਉੱਥੋਂ ਬਹੁਤ ਪਲੇਅਰ ਬਣੇ ਉੱਥੋਂ। ਕੋਚ ਸਾਹਿਬ ਦੱਸਦੇ ਹੁੰਦੇ ਮੈਨੂੰ, ਉਹਨਾਂ ਕਹਿੰਦੇ ਮੰਗੀ ਵੀ ਇੱਥੋਂ ਸ਼ੁਰੂ ਸ਼ੁਰੂ ਇੱਥੇ ਟ੍ਰੇਨਿੰਗ ਕੀਤੀ ਮੰਗੀ ਨੇ। ਹਾਂਜੀ ਹਾਂਜੀ, ਕਿਉਂਕਿ ਨਾ ਵੱਡਾ, ਕਿਉਂਕਿ ਅਕੈਡਮੀ ਉਹਨਾਂ ਦੀ ਸੀ ਨਾ ਇਕੱਲੀ, ਉਦੋਂ ਏਦਾਂ ਦੀ ਸਿਖਾਉਂਦੀ ਸੀ, ਆਪਣੇ ਤਾਂ ਹੈ ਹੀ ਨਹੀਂ ਸੀ ਅਕੈਡਮੀਆਂ, ਹੈ ਹੀ ਨਹੀਂ ਸੀਗੀਆਂ ਏਦਾਂ ਦੀਆਂ। ਹਾਂਜੀ ਹਾਂਜੀ ਹਾਂਜੀ, ਤੇ ਹੁਣ ਮੈਂ ਇਹੀ ਇਹੀ ਕਰ ਰਿਹਾ ਭਾਜੀ ਨਾ, ਮਤਲਬ ਵੀ ਮੈਂ ਹੁਣ ਜਿਵੇਂ ਦੇਵੀ ਦਿਆਲ ਭਾਜੀ ਕੋਲੇ ਜਾਣਾ ਹਨਾ, ਹਾਂਜੀ ਹਾਂਜੀ, ਮੱਖਣ ਡੀਪੀ ਚੇਕ ਕੋਲੇ ਵੀ ਜਾਣਾ, ਮੈਨੂੰ ਪਰ 3 ਘੰਟੇ ਉਹਦੇ ਕੋਲੇ ਮੇਰੇ ਹਜੇ ਹੋਰ ਪਏ ਆ। ਹਾਂਜੀ,
मैं ना मंगा भाजी की कर रहा बई हूं ना एक एक ना नवी सीरीज शुरू करने की इच्छा है मेरी है ना शायद फलॉप भी हो सकती अच्छी भी हो सकती पर मैनू लगता वो चले जा ना चले पर कबड्डी का बड़ा बेनीफिट है मैं लोगों को दसना आओ कबड्डी खेड गए भी गुट फड़ लिया कि छड़ा दसनगे जो वेख वेख के वेख वेख के वेख वेख के लोग सीखन भी मोबाइल से कोचिंग दो क्यों चरण भाजी बिलकुल बिलकुल क्योंकि हम 70-75 साल के बंदे हो गए 80 साल के हो गए ने परसों मेरी जगतार धनौला गल हुई तो मैं तो जिक्र किया कहना बी मैं भाई थोड़े को भी आना भी बड़ा सिखा कबड्डी किया कहना सब तो पहले देवी दयाल को जा हो सकता बाबा लंबी उम्र करे हो सकता जो तू पहुंचे एक महीने पहुंचे शायद है ना इना वा तजर्बा जे कबड्डी का साढ़े तो ना संभालिया क्या फिट लांत तेरी पत्रकारिता दे भाजी मैं गल तेना भाजी बेबा भंडारा देवी दयाल भाजी को जाके सरवण बल ने भाजी कबड्डी बहुत वड्डी देना क्लब बनाए बंदे ने प्लेयर संदीप है ना माजी सिंह बसा लो मैं तेन दसा भी दो बंदे कबड्डिया पाई जानी सारी सारी दिहाड़ी हूं मैं कहना हूं कबड्डी मैं 2017 च इथे मैच बड़े तगड़े हुए तो मैं नॉन स्टॉप खेडिया तो मैनू कहना बड़ा तगड़ा खेडिया नॉन स्टॉप मैं नहीं मैं तगड़ा नहीं खेडिया कहते कह तो मैं मैं कबड्डिया छे आई अच्छा ठीक है ये जड़ा ना जड़ा कोई सियाणा प्लेयर है ओ मन मैं कबड्डिया मैं छे आई और पाला सी सुखा भंडार सी सारे सी गुगो सारे सी जापी हाथ डिगना मेरे मेनू मेनू पता लगना जानू मैच मुक गया अहीं कबड्डी पाउण वाले सी पांच छे जाने अच्छा है ना ग्रुप सा जिगरी जारां दा ग्रुप है टीम नहीं जितदी अच्छा मानक साहब टीम 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 ताड़ी तगड़ी है टीम ताड़ी जित जानी है सिर्फ जफा ला लो तो जाफी पाते चार जफे ठीक है ना मैं क्या हम नेक्स्ट मैच आना है रेडर तीन छो ਜਿਹੜੇ ਰੇਡਰ ਨੂੰ ਪਹਿਲਾਂ ਜੱਫਾ ਪੈ ਗਿਆ ਤਿੰਨੇ ਰੇਡਰ ਤੁਹਾਡੇ ਉਹ ਖਰੇ ਆ ਨਾ ਤਾਂ ਕੀ ਕਹਿਣਾ ਪਰ ਰੇਡਰਾਂ ਦਾ ਮੈਂ ਕਿਹਾ ਜਦੋਂ ਜੱਫਾ ਪੈ ਗਿਆ ਉਹਨੂੰ ਕਿਹੜਾ ਕਰ ਦਿਓ ਦੋ ਕੋ ਕਵਾਟੀਆਂ ਪਾ ਦਿਓ ਉਹ ਮੁੜ ਕੇ ਕੋਈ ਕਾਪੀ ਨਹੀਂ ਹਰੇ ਕੋਈ ਸਰੀਰ ਗਰਮ ਹੋ ਜਾਂਦਾ ਨਾ ਭਾਜੀ ਸਰੀਰ ਗਰਮ ਹੋ ਜਾਂਦਾ ਨਹੀਂ ਕਿਉਂਕਿ ਦੋ ਰੇਡਰ ਆ ਦੋ ਰੇਡਰ ਜਦੋਂ ਦੋ ਕਵਾਟੀਆਂ ਪਾਉਂਦਾ ਆ ਉਹਨਾਂ ਚੋਂ ਉਹਦੇ ਗਰਮ ਵੀ ਆਉਂਦਾ ਹੁਣ ਛੇਵੀਂ ਕਵਾਟੀ ਆਈ ਆ ਹੁਣ ਵੱਡੇ ਜਿਹੜੇ ਹੁਣ ਜਿਹੜੇ ਵੱਡੇ ਇੰਜਣ ਆ ਜਿੱਦਾਂ ਲੁੱਧਰ ਵਰਗੇ ਗਰਮੀ
ਜਾਨੂੰ ਗਰਮ ਹੋਣਾ ਜਾਨੂੰ ਮੈਚ ਮੱਕੀ ਜਾਣਾ, ਛੇਵੀਂ ਕਬੱਡੀ ਆਉਣੀ ਹੈ ਨਾ। ਹਾਂ ਇਹ ਗੱਲ, ਉਹ ਮੁੜ ਕੇ ਕੋਈ ਮੈਚ ਹੀ ਨੀ ਹਾਰੇ ਹੁਣ, ਜੇ ਹੁਣ ਛੇਵੀਂ ਕਬੱਡੀ ਆਈ ਆ ਤੇ ਛੇਵ ਤੋਂ ਇਲਾਵਾ ਵੀ ਆਪਣਾ ਪੰਦਰਾਂ ਪੰਜ ਪੰਦਰਾਂ ਦਾ ਮੈਚ ਹੈ, ਕਿੰਨੀਆਂ ਕਬੱਡੀਆਂ ਆਈਆਂ। ਟੀਮ ਚ ਯਾਰ ਮੈਂ ਦੱਸਦਾ, ਸਾਡੇ ਰੇਡਰ ਜਿਹੜੀ ਮੈਂ ਭਿੰਦਰ ਭੀਮਾ ਤੇ ਆਪਣੇ ਲਾਲੀ ਚਾਣ ਅੰਗਰੇਜ਼ ਦਾ, ਪਰ ਅੰਗਰੇਜ਼ ਕਦੀ ਕਦੀ ਆਉਂਦਾ ਹੁੰਦਾ ਸੀ। ਮੇਰੇ ਕਹਿਣਾ ਤੁਸੀਂ ਤਿੰਨੇ ਪਾ ਲਓ, ਅਸੀਂ ਤਿੰਨਾਂ ਨੇ ਕਬੱਡੀਆਂ ਪਾਉਣੀਆਂ। ਤੇ ਜਾਪੀ ਹੁੰਦੇ ਸੀ ਸਾਡੇ ਸੋਨੀ ਸਨੇਤ, ਸਰਬੀ ਤਰੀਕੇ ਵਾਲਾ ਤੇ ਕਾਤਨਾੜਾ ਤੇ ਫੌਜੀ ਚਾਰੇ ਸਿਰਿਆ, ਤੇ ਸਾਡਾ ਟੈਂਪੂ ਟਰੈਵਲ ਚ ਅੱਠ ਬੰਦੇ ਹੁੰਦੇ ਸੀ, ਹੱਦ ਦਸ ਹੋ ਜਾਣੇ। ਉਹ ਟੀਮ ਹੁੰਦੀ ਦਸਾਂ ਗਿਆਰਾਂ ਪਲੇਅਰਾਂ ਦੀ ਟੀਮ। ਹੁਣ ਤੂੰ ਆਪ ਹਿਸਾਬ ਲਾ ਲਾ ਆਪਣੇ ਸਾਂਝੀ, ਹੁਣ ਤਾਂ ਅਠਾਰਾਂ ਅਠਾਰਾਂ ਪਲੇਅਰ ਆ, ਛੇ ਸੱਤ ਸੱਤ ਰੇਡਰ ਆ ਨਾ। ਜਿੱਦਾਂ ਗੋਲ ਸਾਹਿਬ ਨੇ ਕਿਹਾ ਵੀ ਜਿਹੜੇ ਏ ਕਲਾਸ ਪਲੇਅਰ ਆ ਉਹਨਾਂ ਨੂੰ ਜਦੋਂ 20 ਲੱਖ ਵਾਲਾ ਕੱਪ ਖਿਲਾਓ, 10 ਲੱਖ ਵਾਲਾ, ਉਹ ਜਦੋਂ 2-4 ਲੱਖ ਵਾਲੇ ਕੱਪ ਆ, ਦੋ ਟੀਮਾਂ ਬਣਾ ਲਓ ਹਨਾ। ਇਹ ਨੌਲੇਜ ਜਿਹੜੀ ਉਹਨਾਂ ਦੀ ਵਧੀਆ ਵਧੀਆ ਨੌਲੇਜ ਆ, ਤਾਂ ਹੀ ਮੈਂ ਸਾਰੀ ਇੰਟਰਵਿਊ ਮੈਂ ਉਹਨਾਂ ਨੇ ਸੁਣੀ ਆ। ਬਾਕੀ ਕਬੱਡੀ ਐਡਵਾਂਸ ਬਹੁਤ ਹੋ ਗਈ ਆ ਤੈਨੂੰ ਪਤਾ, ਜ਼ਿਆਦਾ ਸਪੀਡ ਵਰਕ ਆ ਗਿਆ ਨਾ। ਹੁਣ ਫਰਿਆਦ ਕਿਤੇ ਖੜੋ ਦਿੰਦੇ ਆ ਸਲੋ ਰੇਡਰ ਨੂੰ, ਬਈ ਪਤਾ ਨੀ ਕਿੱਥੋਂ ਵੜ ਜਾਂਦਾ, ਕਦੀ ਉੱਧਰ ਆਉਂਦਾ ਉੱਧਰ ਵੜ ਜਾਂਦਾ, ਮੈਂ ਕਹਿੰਦਾ ਜਾਦੂਗਰ। ਭਾਜੀ ਤੁਹਾਡੀ ਨਿਗਾਹ ਦੇ ਵਿੱਚ ਹੁਣ ਤੱਕ ਜਿੰਨੀ ਵੀ ਤੁਸੀਂ ਕਬੱਡੀ ਦੇਖੀ ਆ ਹਨਾ, ਤੁਸੀਂ ਪਹਿਲਾਂ ਨਾਲਿਆਂ ਵੀ ਖੇਡਿਆ, ਟੌਪ ਦਾ ਇੱਕ ਹੁੰਦਾ ਬੈਸਟ ਬੈਸਟ ਰੇਟ ਜਾਪੀ ਮਤਲਬ ਵੀ, ਜਾਂ ਬੈਸਟ ਰੇਟਰ ਜਿਹੜਾ ਵੀ ਆਲ ਓਵਰ ਕਬੱਡੀ ਚੋਂ ਕੱਢਣਾ ਹੋਵੇ ਵੀ ਆਹ ਟੌਪ ਤੇ ਆ, ਇੱਕ ਹੁੰਦਾ ਫੇਵਰੇਟ ਜਿਹੜਾ ਤੁਹਾਨੂੰ ਚੰਗਾ ਲੱਗਦਾ, ਬੈਸਟ ਰੇਟਰ ਕਿਹੜਾ ਮੰਨਦੇ ਤੁਸੀਂ ਅੱਜ ਦੇ ਸਮੇਂ ਚ? ਜੇ ਅੱਜ ਦੇ ਸਮੇਂ ਦੇ ਵਿੱਚ ਪੁੱਛੋ ਨਾ, ਜੇ ਤਾਂ ਕਬੱਡੀਆਂ ਪਾਉਣ ਵਾਲਾ ਦੀਦਾਰੀ ਵੀ ਆ, ਉਹ ਸੁਲਤਾਨ ਆ ਮੁੰਡਾ, ਉਹ ਸੁਲਤਾਨ ਆ, ਮੈਨੂੰ ਸੁਲਤਾਨ ਵਧੀਆ ਲੱਗਦਾ। ਸਹੀ ਗੱਲ ਆ। ਤੇ ਆਲ ਓਵਰ, ਆਲ ਓਵਰ ਚ, ਆਲ ਓਵਰ ਚ ਮੈਨੂੰ ਦੁੱਲਾ ਵਧੀਆ ਲੱਗਦਾ। ਦੁੱਲਾ ਸਰੀਰ ਬਣਾਉਣ ਤੇ ਹੋਇਆ, ਉਹਨਾਂ ਨੇ ਮੁੰਡਾ ਵਧੀਆ, ਮੇਰਾ ਫੇਵਰੇਟ ਉਹ ਸੀਗਾ। ਆਲ ਓਵਰ ਮੇਰਾ ਫੇਵਰੇਟ ਹੈਗਾ ਪਾਲਾ, ਤੇ ਜਿਹੜਾ ਉਦਾਂ ਸੀ ਮੇਰਾ ਪਹਿਲੋ ਫੇਵਰੇਟ ਸੀਗਾ ਉਹ ਸੀ ਮੇਰਾ ਬਿੱਟੂ ਦਗਾਲ। ਬਿੱਟੂ ਦਗਾਲ ਮੈਂ ਤੁਹਾਨੂੰ ਗੱਲ ਦੱਸਦਾ, ਇੱਕ ਸਾਲ ਇੱਥੇ ਉਹ ਇੰਗਲੈਂਡ ਲੇਟ ਆਇਆ। ਹਾਂ ਆਇਆ ਸੀ, ਉਹ ਲੇਟ ਆਇਆ, ਉਹ ਮੈਚ ਹਾਰ ਜਾਣਾ। ਮੈਂ ਤਾਂ ਗਰਲਾਲ ਬੈਠੇ, ਮੈਂ ਕਿਹਾ ਗਰਲਾਲ ਕਦੋਂ ਆਉਣਾ ਬਿੱਟੂ ਨੇ, ਕਹਿੰਦਾ ਬਸ ਵੀਜ਼ਾ ਲੱਗ ਗਿਆ, ਬਸ ਮੋਹਰਲੇ ਟੂਰਨਾਮੈਂਟ ਦਾ ਆਇਆ, ਕਹਿੰਦਾ ਅਸੀਂ ਪਤਾ ਲੱਗ ਜਾਣਾ ਕਿਹੜੇ ਤਿਲਾਂ ਚ ਕਿੰਨਾ ਕੁ ਤੇਲ ਹੈ। ਮੁੜ ਕੇ ਮੈਚ ਹੀ ਨੀ ਹਰੇ ਯਾਰ ਕੋਈ, ਉਹ ਕਿਉਂਕਿ ਹਰੇਕ ਰੇਡਰ ਨੇ ਬਿੱਟੂ ਕੋਲ ਡਰਨਾ, ਬਿੱਟੂ ਦੇ ਡਰ ਹਰੇਕ ਜਾਤੀ ਨੇ ਚੱਪੇ ਪਾਈ ਜਾਣੇ ਹਨਾ। ਕਿਉਂਕਿ ਮੈਚ ਹੀ ਨੀ ਹਰੇ, ਇਹ ਹੁੰਦਾ ਬੰਦੇ ਦਾ, ਇਹ ਹੁੰਦਾ ਬੰਦੇ ਦਾ ਦਬਦਬਾ ਹੁੰਦਾ। ਮੈਂ ਉਹਦਾ ਲਾਸਟ ਮੈਚ ਦੇਖਿਆ ਸੀ ਮਾਝਾ 2017 ਚ, ਆਪਣਾ ਮੁੰਡਾ ਫਰੈਂਡ ਪੂਰਾ ਹੋ ਗਿਆ ਮਾਨ ਮਾਝਾ ਰਣਜੋਤ ਮਾਨ, ਚੰਡੀਗੜ੍ਹ ਕੱਪ ਕਰਾਉਂਦੇ ਹੁੰਦੇ ਸੀ, ਉਹ ਲਾਸਟ ਉਹਦਾ ਮੈਚ ਮੈਂ ਉੱਥੇ ਦੇਖਿਆ ਬਿੱਟੂ। ਅੱਛਾ, ਬਾਹਲਾ ਹੀ ਫਿੱਟ ਸੀ ਨਾ ਉਹ, ਜੇ ਸਾਲ ਪੂਰਾ ਹੋਇਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਬਿੱਟੂ ਬਾਜੀ ਦਾ ਪਾ ਪਿੱਛੇ ਨੂੰ, ਮੈਂ ਉੱਥੇ ਉਹਨੂੰ ਹੱਸਦਾ ਸੀ, ਮੈਂ ਕਹਿੰਦਾ ਉਸਤਾਦ ਵੀ ਅੱਗਾ ਲਿਆ ਵੀ ਮੂੰਹ ਦਾ ਬਹੁਤ ਮਿੱਠਾ ਸੀ ਗੱਲ। ਇੱਕ ਨਾ ਜਿੱਦਾਂ ਕਹਿ ਲਓ ਵੀ ਉਹ ਚ ਉਹ ਬੰਦੇ ਚ ਇੱਦਾਂ ਦੀ ਸੀ ਜਿਹੜੀ ਉਹਦੀ ਉਹਦੀ ਬੋਲ ਬਾਣੀ ਉਹਨੂੰ ਜਿੱਤ ਗਈ, ਲੋਕਾਂ ਦੇ ਦਿਲ ਜਿੱਤ ਗਈ। ਜਿਹੜੀ ਉਹਦੀ ਬੋਲ ਬਾਣੀ ਸੀਗੀ, ਜਿੱਦਾਂ ਕਿਸੇ ਨੇ ਬੁਲਾ ਵੀ ਲੈਣਾ ਉਹ ਕੋਲ ਖੜ ਜਾਣਾ, ਏਦਾਂ ਨੀ ਹਾਂ ਬੁਲਾ ਲਿਆ ਤੂੰ ਲੰਘ ਗਿਆ, ਹੱਥ ਖੜਾ ਕਰਕੇ ਲੰਘ ਗਿਆ ਨਾ, ਜੇ ਕਿਸੇ ਨੇ ਬੁਲਾ ਤੂੰ ਖੜ ਜਾਣਾ ਉਹਨਾਂ ਗੱਲੀ।
ਤੇ ਉਹ ਬੰਦੇ ਨੂੰ ਆਪਣਾ ਹੀ ਬਣਾ ਲੈਣਾ। ਚਲੋ ਚਲੋ ਮਹਾਰਾਜ ਨੂੰ ਜਿੰਨੀ ਹੁੰਦੀ ਆ ਜਿੰਨੀ ਕੁ ਹੁੰਦੀ ਆ ਨਾ ਬੰਦੇ ਦੀ। ਹੁਣ ਐ ਕਹਿਣਾ ਮਹਾਰਾਜ ਫਿਰ ਕਿਆ ਕਰੇਗਾ ਤੂੰ, ਰੋਟੀ ਖਾ ਪੀ ਲੈ ਚੱਲੇਗਾ ਨਾਲ ਤੂੰ ਆਈ ਨਾ ਸੇਮ। ਹਾਂ ਇਦਾਂ ਕਰਦਾ ਹੁੰਦਾ। ਠੀਕ ਆ, ਜਿੰਨੀ ਬੰਦੇ ਦੀ ਲਿਖੀ ਸੀ ਪਰ ਯਾਦਾਂ ਹੀ ਰਹਿ ਜਾਂਦੀਆਂ ਉਹਦੀਆਂ ਨਾ। ਪਲੇਅਰ ਵਧੀਆ, ਇਨਸਾਨ ਵੀ ਵਧੀਆ ਸੀ, ਪਲੇਅਰ ਵੀ ਵਧੀਆ ਸੀ। ਹਾਂਜੀ ਇਹ ਤਾਂ ਹੈ ਜੀ। ਮੈਨੂੰ ਭਾਜੀ ਉਹਨਾਂ ਨੇ ਖੜਾ ਕੀਤਾ, ਉਹਨੇ ਗੁਰਜੀਤ ਨੇ ਤੇ ਬਿੱਟੂ ਨੇ ਮੇਰੀ ਬਹੁਤ ਸਪੋਰਟ ਕੀਤੀ ਭਾਜੀ। ਗੁਰਜੀਤ ਦਾ ਕਿੱਦਾਂ ਹੁਣ? ਗੁਰਜੀਤ ਨੂੰ ਕੱਲ ਟਰੈਕਟਰ ਮਿਲ ਗਿਆ, ਉਹ ਠੀਕ ਹੈ ਜੀ। ਹਾਂਜੀ ਹਾਂਜੀ, ਤੇ ਬਾਕੀ ਉਹ ਜਾਣਾ ਮੈਂ ਸ਼ਾਇਦ ਇੱਕ ਅੱਧੇ ਦਿਨ ਤੱਕ ਬਾਈ ਕੋਲੇ ਦੁਬਾਰਾ। ਹਾਂਜੀ ਹਾਂਜੀ, ਤੇ ਉਹ ਕਹਿੰਦਾ ਮੈਂ ਬਾਈ ਕਰਨੀ ਆ। ਮੈਂ ਕਿਹਾ ਠੀਕ ਆ ਭਰਾ ਤੇਰੇ ਨਾਲ ਆ। ਤੇ ਕੋਸਾ ਨੂੰ ਕਦੋਂ ਜਾ ਰਹੇ ਆ? ਦੇਵੀਦਾਰ ਕੋਸਾ ਨੂੰ ਕਦੋਂ ਜਾ ਰਹੇ ਆ? ਮੈਂ ਭਾਜੀ ਮੈਂ ਥੋੜਾ ਨਾ ਕੰਮ ਜਿਹਾ ਚੱਲੀ ਜਾਂਦਾ, ਮੈਂ ਉਹਨੂੰ ਪਤਾ ਭਾਜੀ ਨੂੰ 25 ਤਰੀਕ ਤੋਂ ਬਾਅਦ ਮੈਂ ਨਿਕਲ ਜਾਣਾ। ਉਹ ਠੀਕ ਹੈ ਜੀ। ਹਾਂ ਤੇ ਮੈਂ ਜਾਣਾ, ਮੈਨੂੰ ਬੜੀ ਹੈ ਤੇ ਮੈਂ ਤੁਹਾਡੇ ਤੋਂ ਫੋਨ ਵੀ ਕਰਵਾਉਂਗਾ ਭਾਜੀ ਨੂੰ। ਠੀਕ ਹੈ ਜੀ, ਦੱਸ ਦਿਓ ਕੋਈ ਨੀ, ਮੈਂ ਕੋਸਾ ਨੂੰ ਕਹਿ ਦੂੰਗਾ। ਹਾਂ ਤੇ ਉਹਨੂੰ ਇੱਕ ਦਿਨ ਪਹਿਲਾਂ ਆਪਾਂ ਰੈਡੀ ਕਰਨਾ ਪੈਣਾ ਨਾ ਵੀ ਭਾਜੀ ਮੈਂ ਆਊਂਗਾ ਤੇ ਮੈਨੂੰ ਸ਼ੁਰੂ ਤੋਂ ਲੈ ਕੇ ਹੌਲੀ ਹੌਲੀ ਦੇਵੀ ਦਿਆਲ ਨਿੱਕਾ ਜਿਹਾ ਪੈਦਾ ਹੋਇਆ 9 ਮਹੀਨਿਆਂ ਦਾ, ਫਿਰ ਵੱਡਾ ਹੋਇਆ ਵੱਡਾ ਹੋਇਆ ਵੱਡਾ, 3 ਘੰਟੇ ਜਿਹੜਾ ਨਹੀਂ ਹੁੰਦਾ ਫਿਲਮਾਂ 'ਚ ਹੁੰਦਾ ਛੋਟਾ ਜਿਹਾ ਜਾਮਦੇ ਬੱਚੇ ਵਿਛੜ ਜਾਂਦੇ ਮੇਲੇ 'ਚ। ਹਾਂਜੀ ਹਾਂਜੀ ਹਾਂਜੀ, ਫਿਰ ਅਮਿਤਾਭ ਬੱਚਨ ਦੀ ਬਣ ਕੇ ਤੇ ਵੱਡੇ ਬਣ ਜਾਂਦੇ, ਫਿਰ ਉੱਥੇ ਤੱਕ ਲੈ ਕੇ ਆਉਣਾ। ਔਰ ਫਿਰ ਮੈਂ ਉਹਨੂੰ ਤੋਂ ਇੱਕ ਵੀ ਪੁੱਛਣਾ ਵੀ ਦਾਅ ਦੱਸੋ ਮੈਨੂੰ ਕਬੱਡੀ ਦੇ, ਟੱਚ ਕਿਵੇਂ ਲਾਉਣਾ ਹੈ ਕਿਵੇਂ ਲਾਉਣਾ ਹੈ। ਜਿਵੇਂ ਡੀਪੀ ਸਾਹਿਬ ਦੱਸਿਆ ਨਾ ਉਹਨੂੰ, ਜਦੋਂ ਗੁਰਜੀਤ ਉਹਦੇ ਚਪੇੜਾ ਮਾਰਦਾ ਕਿਉਂ ਮਾਰਦਾ, ਉੱਠ ਘੁੰਮਦਾ, ਤੁਸੀਂ ਦੇਖਿਆ ਹੋਣਾ ਹਨਾ ਉਹ ਚੀਜ਼ਾਂ ਭਾਜੀ। ਹੁਣ ਟੈਕਨੀਕਲ ਚੀਜ਼ਾਂ ਕਿਸ ਨੂੰ ਪਤਾ ਹਨਾ, ਤੇ ਉਹ ਮੈਨੂੰ ਇਹ ਹੈ ਕਿ ਮੈਂ ਉਸ ਚੀਜ਼ ਨੂੰ ਨੋਟ ਕਰਾਂ, ਇਹਨਾਂ ਤੋਂ ਪੁੱਛ ਕੇ ਦੱਸਾਂ ਲੋਕਾਂ ਨੂੰ। ਮੈਂ ਨਵਾਂ ਨਵਾਂ ਗਿਆ ਤੇ ਮੈਂ 2 ਨੰਬਰ ਤੋਂ ਜੱਫਾ ਬਹੁਤ ਖਾਂਦਾ ਸੀ ਸਾਜੀ। ਅੱਛਾ, ਜਦੋਂ ਮੈਂ ਕੰਨੀ ਟੱਚ ਮਾਰਨੀ ਤੇ ਮੈਂ 2 ਨੰਬਰ ਤੋਂ ਜੱਫਾ ਬਹੁਤ ਖਾਣਾ। ਓਕੇ, ਜਦੋਂ ਅਸੀਂ ਪ੍ਰੈਕਟਿਸ ਕਰਨ ਲੱਗੇ ਤਾਂ ਮੈਨੂੰ ਹਰਜੀਤ ਚਹਿਲਾ ਵਾਲਾ 2-3 ਨੇ ਲਗਾਤਾਰ ਹੀ ਫਾੜ ਗਿਆ ਪ੍ਰੈਕਟਿਸ ਤੇ। ਓਕੇ, ਕੋਸਾ ਮੈਨੂੰ ਕੱਢ ਕੇ ਦੂਜੇ ਬੰਨੇ ਗਰਾਊਂਡ ਤੇ ਲੈ ਗਿਆ। ਅੱਛਾ, ਉਹਨੇ ਇੱਕ ਨਾ ਸੋਟੀ ਦੇ ਨਾਲ ਉੱਥੇ ਲੈਣ ਵਾਸਤੇ। ਅੱਛਾ, ਉਹ ਕਹਿੰਦੇ ਵੀ ਜਦੋਂ ਤੂੰ ਖੱਬਾ ਪੈਰ ਗਾਂਹ ਪੱਟਣਾ ਹੈ ਨਾ, ਜਿਹੜਾ ਸੱਜਾ ਜਿਹੜੀ ਤੇਰੀ ਸੱਜੀ ਲੱਤ ਆ ਉਹ ਤੂੰ ਆ ਲੈਣ ਦੇ ਉੱਪਰ ਦੀ ਘੁਮਾਉਣੀ ਆ। ਵੇਟ ਮਾਰ, ਮੈਂ ਤੇਰੀ ਹਿਪ ਟਾਈਟ ਹੋਈ ਆ, ਇਹਤੋਂ ਘੁੰਮ ਨੀ ਹੁੰਦਾ ਤੇ ਨਾ ਇਹਦੇ ਕੋਲ ਮੁੱਧਾ ਕੇ ਵਿੱਚ ਹੱਥ ਬਾੜ ਹੁੰਦਾ। ਉਹ ਦੇਖ ਲਓ ਮੈਨੂੰ ਕੋਚ ਸਾਹਿਬ, ਮੈਂ ਹਜੇ ਵੀ ਕਰਦਾ ਐਕਸਰਸਾਈਜ਼ ਉਹ, ਜਿਹੜੇ ਵਧੀਆ ਕੋਚ ਆ ਜਿਹੜੇ ਜਿਹੜੇ ਅਥਲੀਟ ਰਹੇ ਆ ਉਹ ਪੜ੍ਹ ਲੈਂਦੇ, ਉਹ ਸਰੀਰ ਹੀ ਪੜ੍ਹ ਕੇ ਦਬਦਾ ਦਿੰਦੇ ਕਿਹੜਾ ਬੰਦਾ ਕਿੱਥੋਂ ਟਾਇਟ ਆ ਹਨਾ। ਫਿਰ ਉਹਨਾਂ ਨੇ ਸਾਨੂੰ ਵੇਟ ਨੀ ਮਾਰਨ ਦੇਣਾ। ਅੱਛਾ, ਓਕੇ, ਉਹਨਾਂ ਨੇ ਸਾਨੂੰ ਵੇਟ ਨੀ ਮਾਨ ਦੇਣਾ, ਉਹਨਾਂ ਨੇ ਵੇਟ ਸਾਨੂੰ ਕਹਿਣਾ ਖੜੇ ਹੋ ਕੇ ਵੇਟ ਚੱਕਿਓ ਤਾਂ ਚੱਕੋ ਤਾਂ ਨੂੰ। ਓਕੇ, ਨਾ ਬੈਂਚ ਲਾਉਣ ਦੇਣੀ ਨਾ ਡੌਟ ਲਾਉਣ ਦੇਣੀ, ਚੋਰੀ ਡੌਟ ਲਾਉਣੇ। ਜਦੋਂ ਗੋਦਾਨ ਘਾਮ ਜਾ ਦੇਣਾ ਸੀ ਉਦੋਂ ਡੋਲੇ ਲਾਉਣੇ। ਆਹੋ, ਉਹ ਸਾਨੂੰ ਡੌਟ ਨੀ ਦੇਣਾ, ਕਹਿਣਾ ਨਹੀਂ ਯਾਰ ਤੁਸੀਂ ਸਲੋ ਹੋਣਾ ਆ। ਜਿਹੜੀ ਏਦਾਂ ਦੀਆਂ ਗੱਲਾਂ ਉਹ ਤੁਹਾਨੂੰ ਦੱਸੂਗੇ ਇੰਟਰਵਿਊ ਦੇ ਵਿੱਚ, ਗੱਲਾਂ ਵਾਹਵਾ ਦੱਸੂਗੇ ਤੁਹਾਨੂੰ। ਨਹੀਂ ਮੈਂ ਭਾਜੀ ਇਹੀ ਕੰਮ ਕਰ ਰਿਹਾ, ਮੈਨੂੰ ਜਗਤਾਰ ਧਨੌਲੇ ਨੇ ਉਹਨੂੰ ਕਿਹਾ ਮੱਖਣ ਡੀਪੀ ਚ ਇੱਕ ਦੀ ਇੰਟਰਵਿਊ ਵੇਖ ਕੇ, ਕਹਿੰਦਾ ਵੀ ਜਿਵੇਂ ਤੂੰ ਫੜ ਲਿਆ ਨਾ ਡੀਪੀ ਨੂੰ ਉਵੇਂ ਫੜਿਆ ਨੀ ਗਿਆ। ਮੈਂ ਕਿਹਾ ਭਾਜੀ ਚਲੋ ਵੀ ਮੇਰੇ ਨਾਲ ਨੂੰ ਰਹਿੰਦੇ ਚਲੇ ਰਿਸਪੈਕਟ ਵੀ ਕਰਦੇ ਆ ਨਾ, ਹੁਣ ਨਵੇਂ ਬੰਦੇ ਨੂੰ ਤਾਂ ਭਾਈ ਪਤਾ ਹੀ ਨੀ ਮੰਗੇ ਵੀ ਮੈਂ ਕਬੱਡੀ ਚ ਵੀ ਰਿਹਾ। ਹਾਂਜੀ, ਨਵੇਂ ਬੰਦੇ ਤਾਂ ਇਹ ਲੱਗਦਾ ਵੀ ਉਹ ਬਿੱਟੂ ਦਗਾਲ ਦੀ ਕਿਤਾਬ ਲਿਖਣ ਵਾਲਾ ਮੁੰਡਾ ਦੇ ਬਸ ਉਹ। ਹੁਣ ਜਿੰਨੀ ਆਪਾਂ ਆਪਾਂ ਕਬੱਡੀ ਹੰਡਾਈ ਆ, ਤੁਸੀਂ ਕੋਚ ਸਾਹਿਬ ਨੂੰ ਕਿਹਾ ਵੀ ਕੋਚ ਸਾਹਿਬ ਨੂੰ ਤੁਸੀਂ ਸੁਝਾਅ ਦਿੱਤਾ ਵੀ ਪਹਿਲੇ 4 ਟੱਚ ਹੋਣੇ ਚਾਹੀਦੇ ਪਹਿਲੇ 4 ਮੈਚਾਂ ਚ ਬੰਦੇ ਦੇ। ਉਹ ਕੋਚ ਸਾਹਿਬ ਕਹਿੰਦੇ ਵੀ ਮੈਨੂੰ ਆਈਡੀਆ ਵਧੀਆ ਲੱਗਾ ਵੀ ਮੈਂ ਆਈਡੀਆ ਮੰਨ ਲਿਆ ਉਹ।
ਹਨਾ, ਨਹੀਂ ਤਾਂ ਆ ਕੇ ਸਾਰੇ ਫਾਈਨਲ ਚ ਖੇਡਦੇ ਹੁੰਦੇ ਮੀਰੀ ਪੀਰੀ ਵਾਲੇ। ਉਦੋਂ ਇਹ ਉਦੋਂ ਸੁੱਖੇ ਨਾਲ ਮੇਰੀ ਦੋਸਤੀ ਹੁੰਦੀ ਸੀਗੀ। ਉਹ ਕੀ ਹੁੰਦਾ ਸੀਗਾ, ਇਹ ਨਾ ਪਹਿਲਾ ਮੈਚ ਕੱਢਣਾ ਰਿੰਕੂ ਕਪੂਰਥਲਗੇ ਨੇ, ਹਾਂਜੀ ਦੂਜਾ ਵੀ ਉਹਨੇ ਕੱਢ ਦੇਣਾ ਰਿੰਕੂ ਕਪੂਰਥਲਗੇ ਨੇ, ਹਾਂਜੀ ਤੀਜੇ ਮੈਚ ਦੇ ਵਿੱਚ ਜਿਹੜੇ ਵੱਡੇ ਮੇਨ ਰੇਡਰ ਸੀਗੇ ਉਹ ਆ ਜਾਣੇ, ਉਧਰ ਉਹਨੇ ਪਾਸੇ ਕਰ ਦੇਣਾ ਅਮਨ ਤ੍ਰਿਗਰੀ ਚੱਲ ਪਾਸੇ, ਚੱਲ ਜੋਬਨ ਵਾਨ ਪਾਸੇ, ਤੇ ਸੁਖਾ ਭੰਡਾਰੂ, ਬੀ ਹਰਖਵਾਲ ਤੇ ਕੁਲਵਿੰਦਰ ਕਾਲਵਾ ਦੋਸਤ ਆਪਾਂ ਵੈਸੇ ਗੱਲ ਕਰ ਰਹੇ ਹਾਂ ਨਾ, ਮਤਲਬ ਵੀ ਹਨਾ ਉਹਨਾਂ ਨੇ ਕਹਿੰਦੇ, ਕਿਉਂਕਿ ਹਰ ਟੀਮ ਨੂੰ ਹੁੰਦਾ ਕਿ ਸਾਡੇ ਬੈਸਟ ਖੇਡਣ ਫਾਈਨਲ ਚ, ਜਦੋਂ ਉਹ ਖੇਡਣ ਲੱਗ ਪਏ ਟੱਕ ਸੁੱਖਾ ਬਣਾ ਲਈ ਨਾ, ਤਗੜਾ ਸੀ ਭਾਜੀ ਉਹਦਾ ਵਰਲਡ ਰਿਕਾਰਡ ਹੈ ਕਿ ਭਾਜੀ 62 ਟੱਚ ਤੇ 50 ਜਫੇ, ਸਭ ਤੋਂ ਤੇਜ਼ 50 ਉਹਨੇ ਲਾਈ ਆ ਕਬੱਡੀ ਮੇਰੇ ਮੰਨਣ ਚ, ਤੇ ਔਰ ਲਗਾਤਾਰ 10 ਟੱਚ 10 ਜਫੇ। ਸੁੱਖੇ ਭੰਡਾਲ ਮੈਂ ਕੋਲੇ ਗਿਆ ਪਿੱਛੇ, ਜੇ ਮੈਂ ਬਲੌਗ ਵੇਖਿਆ ਹੋਣਾ ਤੁਸੀਂ ਸ਼ਾਇਦ ਉਹਨਾਂ ਦਾ ਵੀ, ਮੈਂ ਗਿਆ ਤੇ ਮੈਂ ਬਾਰ ਖੜਕਾਇਆ ਤੇ ਮੈਂ ਜਾ ਵੜਿਆ, ਤੇ ਮੈਂ ਸੁੱਖੇ ਨੂੰ ਇੱਕ ਗੱਲ ਪੁੱਛਦਾ, ਉਹ ਨਾ ਸੀਗਾ ਬਲਪੁਰੀਆਂ ਕਬੱਡੀ ਕੱਪ ਸੀਗਾ ਬਾਈ ਇਹ ਮੰਗੇ, ਹਾਂਜੀ 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 10 ਮੋਟਰਸਾਈਕਲ ਸੀਗੇ ਤੇ ਸੁੱਖੇ ਭੰਡਾਲ ਨੇ 9 ਟੱਚ ਤੇ 9 ਜਫੇ ਲਾਤੇ ਭਾਜੀ, 2 ਮਿੰਟ ਪਏ ਸੀਗੇ, 5 ਮਿੰਟ ਪਏ ਸੀਗੇ, 15 ਮਿੰਟ ਹੋਏ ਸੀਗੇ ਪਹਿਲੇ ਹਾਫ ਦੇ, 5 ਮਿੰਟ ਪਏ ਸੀ ਕਿਉਂਕਿ 4 ਟੀਮਾਂ ਸੀ, 20-5-20 ਦਾ ਮੈਚ ਸੀ। ਰੇਡਰ ਸੀ ਗੁਰਜੀਤ ਤੂਤ, ਮੱਖਣ ਮੱਖੀ ਬਾਈ, ਇੱਕ ਗੋਪੀ ਹੁੰਦਾ ਸੀ ਇਹਨਾਂ ਨਾਲ, ਇੱਕ ਉਹਦਾ ਮੰਨਾ ਲੈਲਪੁਰੀਆ, ਰੇਡਰ ਵੀ ਖਰੇ। ਔਰ ਮੈਂ ਇਹਨਾਂ ਨੂੰ ਇਹ ਕਿਹਾ, ਮੈਂ ਕਿਹਾ ਭਾਜੀ ਗੱਲ ਇਹ ਆ, ਮੈਂ ਇਹਦੇ ਕੋਲੇ ਗਿਆ, ਮੈਂ ਕਿਹਾ ਸੁੱਖੇ ਐਂ ਕਰ ਵੀ ਤੂੰ ਸਾਰਾ ਮੈਚ ਖੇਡ ਤੇ ਨਾ ਆਪਾਂ ਖੁਸ਼ੀ ਦਾ ਰਿਕਾਰਡ ਤੋੜ ਦੇ 21 ਜਫਿਆਂ ਦਾ, ਇੱਕ ਜਦੋਂ ਇੱਛਾ ਰਿਕਾਰਡ ਬਣਦੀ ਮੈਨੂੰ ਸੀ ਮੇਰੀ ਫੈਡਰੇਸ਼ਨ ਚ ਰਿਕਾਰਡ ਆਵੇ, ਮੋਜਾ ਹੁੰਦਾ ਨਾ ਆਪੋ ਆਪਣਾ, ਕਹਿੰਦਾ ਨਹੀਂ ਨਹੀਂ ਸਟਾਰ ਆਪਾਂ ਫੇਰ ਕਿਤੇ ਵੇਖੀ ਤਾਂ ਫੇਰ ਕਿਤੇ ਕੰਮ ਕਰ ਦਾਂਗੇ ਆਪਾਂ, ਕੋਈ ਨੀ ਕੋਈ ਨੀ। ਮੈਂ ਕਿਹਾ ਸੁੱਖੇ ਨਾ ਮੈਂ ਤੇਰੇ ਤੋਂ ਹਿੱਸਾ ਲੈਣਾ ਨਾ ਲੈਣਾ ਨਾ ਦੇਣਾ, ਅੱਜ ਦਾ ਦਿਨ ਤੂੰ ਮੇਰੀ ਆਖੀ ਗੱਲ ਪਛਤਾਏਗਾ, ਪਛਤਾਏਗਾ ਤੂੰ, ਅੱਜ ਤੇਰਾ ਟਾਈਮ ਆ ਤੇ ਤੂੰ ਕਰਦੇ ਕੰਮ। ਨਹੀਂ 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 ਜੀ ਉਹਨੇ ਪਾਸੇ ਕਰਕੇ ਲਾਤਾ, ਕੱਲ ਮੈਚ ਖੇਡਣਾ। ਮੈਂ ਕਿਹਾ ਠੀਕ ਹੈ ਜੀ। ਉਦੋਂ ਮੈਂ ਇੰਟਰਵਿਊ ਚ ਪੁੱਛਿਆ, ਮੈਂ ਕਿਹਾ ਵੀ ਅੱਜ ਮੈਨੂੰ ਦੱਸ ਤੂੰ ਪਛਤਾਉਂਦਾ ਕਿ ਨਹੀਂ ਪਛਤਾਉਂਦਾ, ਕਹਿੰਦਾ ਭਾਜੀ ਪਛਤਾ ਰਿਹਾ ਕਿਉਂਕਿ ਰਿਕਾਰਡ ਯਾਦ ਰਹਿ ਜਾਂਦੇ ਆ ਮੰਗੇ ਬਾਈ, ਰਿਕਾਰਡ ਯਾਦ ਰਹਿੰਦਾ, ਬੈਸਟ ਜਾਫੀ ਰੇਡਰ ਨੀ ਕੋਈ ਯਾਦ ਰੱਖਦਾ। ਉਹ ਅੱਜ ਵੀ ਉਹ ਕਹਿੰਦਾ ਯਾਰ ਹਾਂ ਯਾਰ, ਕਹਿੰਦਾ ਵੀ ਉਹ ਗੱਲ ਸੀ। ਔਰ ਇੱਕ ਗੱਲ ਉਹਨੇ ਮੈਨੂੰ ਬੜੀ ਵਧੀਆ ਦੱਸੀ ਮੰਗੇ ਭਾਈ, ਸ਼ਾਇਦ ਤੁਸੀਂ ਵੀ ਇਹ ਗੱਲ ਨੋਟ ਕਰਤੀ ਹੋਣੀ ਹੈ, ਉਹ ਕਹਿੰਦਾ ਵੀ ਪਹਿਲਾਂ ਸੁਪਰ ਸਟਾਰ 5-6 ਸਾਲ ਖੇਡ ਕੇ ਸੁਪਰ ਸਟਾਰ ਬਣਦਾ ਸੀ, ਤੇ ਹੁਣ 2 ਮੈਚ ਖੇਡਦਾ ਸੁਪਰ ਸਟਾਰ ਕਹਿ ਦਿੰਦੇ ਉਹਨੂੰ। ਪਹਿਲਾਂ ਭਰਾਵਾ kabaddi.org ਹੁੰਦੀ ਸੀ, ਉਹਨਾਂ ਨੇ ਫੋਟੋ ਹੀ ਨੀ ਲਾਉਣੀ ਕਿਸੇ ਦੀ, ਉਹਨਾਂ ਨੇ ਫੋਟੋ ਲਾਉਣੀ ਜਿਹੜਾ 5-6 ਸਾਲ ਲਗਾਤਾਰ ਸਟਾਰ ਖੇਡਦਾ, ਉਹਦੀ ਫੋਟੋ ਲਾਉਂਦੇ ਹੁੰਦੇ ਸੀ ਉਹ। ਹੁਣ ਅੱਜ ਪਤਾ ਹੀ ਆ ਮਿਹਨਤ ਘੱਟ ਆ, ਲੰਮੀ ਰੇਸ ਦੇ ਘੋੜੇ ਥੋੜੇ ਰਹਿ ਗਏ, ਜਿੱਦਾਂ ਮੁੰਡੇ ਪਾਲੇ ਹੋਣੀ ਆ, ਮੰਗੀ ਆ, ਇਹ ਮੁੰਡੇ ਜਿਹੜੇ ਜਿਹੜਾ ਲੰਮਾ ਸੰਦੀਪ ਲੰਮਾ ਟਾਈਮ ਹਨਾ। ਹੁਣ ਜਿੱਦਾਂ ਮੈਂ ਗੱਲ ਕੀਤੀ ਵੀ ਮੈਂ ਬਾਗੀ ਨੂੰ ਬਹੁਤ ਕੋਲੋਂ ਦੇਖਿਆ, ਮੈਂ ਕਿਹਾ ਵੀ ਬੜਾ ਤੱਕਾ ਪਿੰਡ ਆਇਆ, ਪਰ ਮੇਰੇ ਹਿਸਾਬ ਨਾਲ ਮੈਂ ਹੁਣ ਉਹਦਾ ਇੱਕ ਮੈਚ ਕਦੇ ਦੇਖੇ ਮਾਝੇ ਦੇ ਵਿੱਚ, ਤੇ ਜਾਂ ਤਾਂ ਉਹਨੂੰ ਕੋਈ ਕੋਈ ਪ੍ਰੋਬਲਮ ਆਈ ਆ ਜਾਂ ਕੋਈ ਇੰਜਰੀ ਹੋਈ ਆ ਨਾ, ਇੰਜਰੀਆਂ ਵੀ ਸਾਂਝੀ ਵੀ ਕਿਸੇ ਨੂੰ ਪੁੱਛੋ ਵਧੀਆ ਡਾਕਟਰ ਨੂੰ ਦਿਖਾਓ ਹਨਾ, ਆਪਣੀ ਇੰਜਰੀ ਠੀਕ ਕਰੋ, ਜੇ ਤੁਸੀਂ ਇੰਜਰੀ ਦੇ ਹਾਂਜੀ ਹਾਂਜੀ ਉਹ ਨਾ ਭਾਜੀ ਉਧਰ ਵੀ ਜੇ ਹਾਂਜੀ ਹਾਂਜੀ ਬੱਲੇ ਬੱਲੇ ਹਾਂਜੀ 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 ਠੀਕ ਹੈ ਬਾਬਾ ਜੀ। 15 ਫਰਵਰੀ ਪੱਕੀ, ਹਾਂਜੀ ਹਾਂਜੀ ਪੱਕੀ ਨੀ, ਮੈਂ ਤੁਹਾਨੂੰ ਆਉਣ ਤੋਂ ਪਹਿਲਾਂ ਮੈਸੇਜ ਕਰੂੰਗਾ, ਇੰਟਰਵਿਊ ਕਰਾਂਗੇ ਆਪਾਂ ਬ్రో, ਨੋ ਪ੍ਰੋਬਲਮ। ਕਿੰਨੇ ਘੰਟੇ ਨੇ, 2 ਘੰਟੇ ਨੇ ਕਿ 3 ਘੰਟੇ ਦੀ? ਆਪਾਂ ਖੁੱਲਾ ਟਾਈਮ ਹੋਣਾ ਜਿੰਨਾ ਮਰਜ਼ੀ ਆ ਜੀ, ਘਰੋਂ ਛੁੱਟੀ ਲੈ ਕੇ ਆਵੀ, ਰਾਤ ਰਹੀ ਮੇਰੇ ਕੋਲ। ਠੀਕ ਹੈ ਬਾਈ, ਗੱਲ ਨੀ ਕੋਈ ਨੀ, ਚੱਲ ਠੀਕ ਹੈ ਸਾਂਝੀ ਕਰਤਾ। ਹਾਂ ਤੇ ਹੋਰ ਜਿਹੜੇ ਵੀ ਭਾਜੀ ਨੂੰ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਬਲੌਗ ਦੇ ਵਿੱਚ, ਉਹ ਮੈਨੂੰ ਪਰਸਨਲ ਤੌਰ ਤੇ ਮੈਸੇਜ ਕਰ ਦਿਓ ਤਾਂ ਜੋ ਮੈਂ ਤੁਹਾਡੀਆਂ ਹਰ ਗੱਲਾਂ ਪੁੱਛ ਸਕਾਂ। ਚਲੋ ਠੀਕ ਹੈ ਬ్రో, ਨੋ ਪ੍ਰੋਬਲਮ। ਹਾਂਜੀ ਓਕੇ, ਥੈਂਕ ਯੂ ਭਾਜੀ, ਓਕੇ।